ਹੈਲੋ ਮਨ ਵੈਲਕਮ ਸਤ ਸ੍ਰੀ ਅਕਾਲ ਜੀ ਮੈਂ ਹਰਜੋਤ ਕੋ ਆ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਦੀ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਸੋ ਸਟੂਡੈਂਟਸ ਦੀਆਂ ਬਹੁਤ ਸਾਰੀਆਂ ਕਨਫਿਊਜ਼ਨਸ ਰਹਿੰਦੀਆਂ ਹਨ ਉਹਨਾਂ ਦੇ ਸਵਾਲ ਸਾਡੇ ਕੋਲ ਡੇ ਸਾਰੇ ਪਹੁੰਚਦੇ ਨੇ ਕੈਨੇਡਾ ਨੂੰ ਲੈ ਕੇ ਆਸਟ੍ਰੇਲੀਆ ਨੂੰ ਲੈ ਕੇ ਕਿਹੜੀ ਪ੍ਰੋਫਾਈਲ ਵੀ ਕਿ ਹੈ ਉਹਨਾਂ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ ਫਾਈਲਿੰਗ ਵੇਲੇ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਜਿਵੇਂ ਅਸੀਂ ਹਰ ਵਾਰੀ ਸ਼ੋ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਅੱਜ ਵੀ ਤੁਹਾਡੇ ਕਈ ਸਵਾਲਾਂ ਨੂੰ ਅਸੀਂ ਇਨਕਲ ਜੀ AVM ਗਲੋਬਲ ਇਮੀਗ੍ਰੇਸ਼ਨ ਸੋ ਵੀਜ਼ਾ ਐਕਸਪਰਟ ਮਿਸਟਰ ਅਮਨਦੀਪ ਸਿੰਘ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਜਦੋਂ ਆਪਾਂ ਗੱਲ ਕਰਦੇ ਆ ਸਟੱਡੀ ਵੀਜ਼ਾ ਦੀ ਤਨਾਲ ਦੇ ਨਾਲ ਨਾਮ ਆ ਜਾਂਦਾ ਜੀ ਕੈਨੇਡਾ ਦਾ ਸਟੂਡੈਂਟਸ ਦੀ ਫਰਸਟ ਚੁਆਇਸ ਜੋ ਹੈ ਹਮੇਸ਼ਾ ਇਹ ਹੀ ਰਹਿੰਦੀ ਹੈ ਸੋ ਮੈਂ ਹਾਲਾਂਕਿ ਕਾਲਸ ਸ਼ੁਰੂ ਹੋ ਚੁੱਕੀਆਂ ਨੇ ਲੇਕਿਨ ਮੈਂ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਕੁਝ ਖਾਸ ਗੱਲਾਂ ਆਪਾਂ ਡਿਸਕਸ ਕਰਨ ਜਾ ਰਹੀਆਂ ਇਸ ਲਈ ਸ਼ੋਜ਼ ਸ਼ੋ ਵਿੱਚ ਅਸੀਂ ਕਾਲ ਜ਼ਿਆਦਾ ਜੋ ਹੈ ਰੀਸੀਵ ਨਹੀਂ ਕਰ ਸਕਾਂਗੇ ਪਰ ਨੰਬਰ ਜੋ ডিসਪਲੇ ਹੋ ਰਿਹਾ ਹੈ ਨੋਟ ਕਰ ਲਓ ਤੁਸੀਂ ਨਾਲ-ਨਾਲ ਜੋ ਹੈ ਏਵੀਐਮ ਗਲੋਬਲ ਇਮੀਗ੍ਰੇਸ਼ਨ ਦੀ ਟੀਮ ਤੁਹਾਡੇ ਨਾਲ ਰਾਬਤਾ ਕਾਇਮ ਜ਼ਰੂਰ ਕਰੇਗੀ ਹਾਂਜੀ ਸਰ ਮੈਂ ਕੈਨੇਡਾ ਦੀ ਗੱਲ ਕਰ ਰਹੀ ਹਾਂ ਤਾਂ ਕੈਨੇਡਾ ਦੀ ਫਾਈਲਿੰਗ ਨੂੰ ਲੈ ਕੇ ਸਟੂਡੈਂਟਸ ਨੂੰ ਪਹਿਲਾਂ ਕਿਹੜੀ ਗੱ ਕਿ ਅੱਜ ਕੱਲ ਖੱਜਲ ਖੁਆਰੀ ਬਹੁਤ ਜ਼ਿਆਦਾ ਹੋ ਰਹੀ ਹੈ ਸਟੂਡੈਂਟ ਬਹੁਤ ਪਰੇਸ਼ਾਨ ਨੇ ਪੰਨੇ ਆਪਾਂ ਗੱਲ ਕਰੀਏ ਬੱਚਿਆਂ ਦੀ ਅੱਜ ਦੇ ਟਾਈਮ 'ਚ ਕੋਈ ਵੀ ਬੱਚਾ ਜਿਨੇ ਆਪਣੀ ਪਲੱਸ 2 ਕੰਪਲੀਟ ਕੀਤੀ ਹੈ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਉਹਦਾ ਮਾਈਂਡ ਸੈਟ ਇੱਕ ਹੀ ਜਾਂਦਾ ਹੈ ਕਿ ਮੈਂ ਕੈਨੇਡਾ ਜਾਣਾ ਹੈ ਉਸੇ ਚੀਜ਼ ਵਾਸਤੇ ਉਹ 6 ਮਹੀਨੇ ਲਗਾਉਂਦਾ ਹੈ ਸਾਲ ਲਗਾਉਂਦਾ ਹੈ ਆਪਣੀ ਆਇਲਸ ਕੰਪਲੀਟ ਕਰਦਾ ਹੈ ਈਵਨ ਚਾਹੇ ਆਇਲਸ ਇੱਕ ਲੈਂਗੁਏਜ ਪ੍ਰੋਗਰਾਮ ਹੀ ਹੈ ਛੋਟਾ ਜਿਹਾ ਸਰਟੀਫਿਕੇਟ ਹੀ ਹੈ ਬਟ ਆਪਣੇ ਪੰਜਾਬੀਆਂ ਵਾਸਤੇ ਕਿ ਇਹ ਹਵਾਈ ਬਣਿਆ ਪਿਆ ਠੀਕ ਹੈ ਨਾ ਬੱਚਾ ਮਿਹਨਤ ਕਰਕੇ ਆਇਲਸ ਕੰਪਲੀਟ ਕਰਦਾ ਹੈ ਉਸ ਤੋਂ ਬਾਅਦ ਏ ਹੁੰਦਾ ਉਹ ਮੇਨਲੀ ਕਹਿੰਦੇ ਨਾ ਵੀ ਆਪਾਂ ਇਹ ਕਹਿੰਦੀ ਕਨਫਿਊਜ਼ਨ ਨਹੀਂ ਆ ਇਹ ਹੁੰਦਾ ਮੇਨ ਲਕਸ਼ਣ ਹੀ ਬਣ ਜਾਂਦਾ ਵੀ ਐਲਸ ਕੰਪਲੀਟ ਕਰ ਲਈ ਉਸ ਤੋਂ ਮੇਨ ਜਿਹੜਾ ਉਹਦੀ ਕਨਫਿਊਜ਼ਨ ਤਾਂ ਉਦੋਂ ਸਟਾਰਟ ਹੁੰਦੀ ਹੈ ਕਿ ਮੈਂ ਕਿਹੜਾ ਏਜੰਟ ਚੂਜ਼ ਕਰਾਂ ਰੀਜ਼ਨ ਕੀ ਹੈ ਕੈਨੇਡਾ ਨੂੰ ਲੈ ਕੇ ਗੱਲ ਕਰਦੇ ਆ ਕੋਈ ਪਰਸਨ ਹੈ ਠੀਕ ਹੈ ਨਾ ਅੱਜ ਕਹਿੰਦਾ ਜੀ 6 ਈਚ ਤੇ ਹੀ ਹੈ ਤਾਂ ਹੀ ਕੈਨੇਡਾ ਅਪਲਾਈ ਕਰੋ ਕੁਝ ਪਰਸਨ ਹੈ ਕਹਿੰਦੇ ਜੀ 6 નો ਲੈਸ ਦਨ 5.52 ਮੋਡਿਊਲ ਚਾਏ ਫਿਰ ਵੀ ਕੈਨੇਡਾ ਜਾ ਸਕਦੇ ਹੋ ਈਵਨ ਤਾਂ ਹੋਰ ਤੁਸੀਂ ਛੱਡੋ ਕਾਫੀ ਪਰਸਨ ਹੈ ਕਿ ਕਹਿੰਦੇ ਕੈਨੇਡਾ ਤੁਸੀਂ ਵਿਦਆਊਟ ਐਲਸ ਵੀ ਜਾ ਬਿਲਕੁਲ ਬਿਲਕੁਲ ਇਹ ਸਿਰਫ ਇੱਕ ਲਗਾ ਲੋ ਆਪਾਂ ਨੂੰ ਗੁੰਮਰਾਹ ਕਰਨ ਵਾਲੀ ਚੀਜ਼ ਹੀ ਹੈ ਜੇ ਕਿਸੇ ਕੰਟਰੀ ਨੇ ਆਪਣੀ ਲਾਈਨ ਬਣਾਈ ਹੈ ਰਿਕੁਆਇਰਮੈਂਟ ਬਣਾਈ ਹੈ ਉਹ ਕੁਝ ਸੋਚ ਸਮਝ ਕੇ ਹੀ ਬਣਾਈ ਹੈ ਦੈਟਸ ਵਾਈ ਜਦੋਂ ਤੱਕ ਤੁਸੀਂ ਉਸ ਕੰਟਰੀ ਦੀ ਰਿਕੁਆਇਰਮੈਂਟ ਮੀਟ ਨਹੀਂ ਕਰਦੇ ਤੁਸੀਂ ਉਹ ਕੰਟਰੀ ਵਿੱਚ ਅਪਲਾਈ ਨਾ ਕਰੋ ਕੈਨ ਦਾ ਦੀ ਸਿੰਪਲ ਰਿਕੁਆਇਰਮੈਂਟ ਹੈ ਕਿ ਤੁਸੀਂ 6 ایچ بینڈ یا پھر پی ٹی اون دی ایکویलेंट ਅਪਲਾਈ ਹੋਏ ਤਾਂ ਹੀ ਅਪਲਾਈ ਕਰ ਸਕਦੇ ਹੋ ఇన్ کیس ਤੋੜਾ ਥੋੜਾ ਤੇ ਪ੍ਰੋਫਾਈਲ ਡਾਊਨ ਹੈ ਮਿੰਟੋ ਸੇ 6 ਨੋ ਲੈਸ ਦਨ 5.5 ਇੱਕ ਮਿਡਿਊਲ ਚ ਹੋਣਾ ਫਿਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਫਿਰ ਵੀ ਤੁਸੀਂ ਕੈਨੇਡਾ ਦੀ ਜਿਹੜੀ ਗਵਰਨਮੈਂਟ ਦੀ ਗਾਈਡਲਾਈਨ ਹੈ ਉਹਦੇ ਅੰਡਰ ਨਹੀਂ ਆਉਂਦੇ ਓਕੇ ਕਿਉਂਕਿ ਉਹ ਤੁਸੀਂ ਐਸਡੀਐਸ ਫਾਲ ਨਹੀਂ ਕਰੋਗੇ ਤੁਸੀਂ ਨੋਨ ਐਸਡੀਐਸ ਦੇ ਵਿੱਚ ਆਓਗੇ ਮੇਨਲੀ ਜੇ ਤੁਸੀਂ ਕਹਿਨਦਾ ਆਪਣਾ ਡ੍ਰੀਮ ਲੈਣਾ ਚਾਹੁੰਦੇ ਹੋ ਕਿ ਮੇਰੇ ਮੈਂ ਸੋਚਿਆ ਕਿ ਮੈਂ ਕਹਿਨਦਾ ਹੀ ਜਾਣਾ ਤੇ ਥੋੜੀ ਮਿਹਨਤ ਹੋਰ ਕਰੋ ਆਪਣੇ 6 ਈਚ ਬੈਂਡ ਲੈ ਕੇ ਆਓ ਤਾਂ ਹੀ ਅਪਲਾਈ ਕਰੋ ਅਦਰਵਾਇਜ਼ ਕੈਨਡਾ ਅਪਲਾਈ ਨਾ ਕਰੋ ਜੀ ਬਿਲਕੁਲ ਸੋ ਇਹੀ ਉਹ ਸਾਫ ਤੇ ਸਪਸ਼ਟ ਗੱਲਾਂ ਨੇ ਜੋ ਸਟੂਡੈਂਟਸ ਨੂੰ ਬਹੁਤ ਜ਼ਰੂਰੀ ਹੈ ਕਿ ਧਿਆਨ ਵਿੱਚ ਰੱਖਣ ਕਈ ਵਾਰੀ ਅਸੀਂ ਜਿਵੇਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਕਈ ਵਾਰੀ ਆਪਾਂ ਸੁਣਦੇ ਹਾਂ ਕਿ ਚਲੋ ਸ਼ਾਇਦ ਸਾਡਾ ਹੋ ਸਕਦਾ ਆਪਾਂ ਇੱਕ ਨਕਲੀ ਜੀ ਉਮੀਦ ਦੇ ਨਾਲ ਫਾਈਲਿੰਗ ਕਰਵਾ ਦਿੰਨੇ ਆ ਆਪਣਾ ਟਾਈਮ ਵੇਸਟ ਕਰਵਾ ਦਿੰਨੇ ਆ ਲੇਕਿਨ ਐਂਡ ਵਿੱਚ ਤੁਹਾਡੇ ਹੱਥ ਰਿਫਿਊਜ਼ਲ ਹੀ ਲੱਗਦੀ ਹੈ ਸੋ ਇਸ ਲਈ ਅਸੀਂ ਤੁਹਾਨੂੰ ਸਹੀ ਜਾਣਕਾਰੀ ਪਹੁੰਚਾਉਣ ਦੀ ਹੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਏਵੀਐਮ ਗਲੋਬਲ ਇਮੀਗ੍ਰੇਸ਼ਨਸ ਆਫਿਸ ਸੈਕਟਰ 34 ਚੰਡੀਗੜ੍ਹ ਵਿੱਚ ਹੈ ਦਿੱਲੀ ਵਿੱਚ ਵੀ ਜੋ ਹੈ ਨਵਾਂ ਆਫਿਸ ਸ਼ੁਰੂ ਕਰ ਦਿੱਤਾ ਗਿਆ ਸਰ ਦਿੱਲੀ ਜਿਹੜਾ ਤੁਸੀਂ ਆਫਿਸ ਸ਼ੁਰੂ ਕੀਤਾ ਉਸ ਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਹਾਲਾਂਕਿ ਕਈ ਸਟੂਡੈਂਟਸ ਜੋ ਹੈ ਮੇਨ ਚੰਡੀਗੜ੍ਹ ਪਹੁੰਚਦੇ ਨੇ ਦਿੱਲੀ ਤੁਸੀਂ ਸ਼ੁਰੂ ਕੀਤਾ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਜੀ ਤੇ ਕਿਸ ਤਰੀਕੇ ਨਾਲ ਰਿਕੁਆਇਰਮੈਂਟ ਫੀਲ ਹੋਈ ਕਿ ਦਿੱਲੀ ਵੀ ਆਫਿਸ ਸ਼ੁਰੂ ਕਰਨਾ ਚਾਹੀਦਾ ਹੁਣ ਬੇਸਿਕਲੀ ਕਾਫੀ ਇੱਕ ਬੂਮ ਸੀ ਕਿ ਹਰਿਆਣੇ ਵਾਲੇ ਬੱਚਾ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦਾ ਹਰਿਆਣੇ ਵਾਲਾ ਬੱਚਾ ਕੈਨੇਡਾ ਅਪਲਾਈ ਨਹੀਂ ਕਰ ਸਕਦਾ ਤੇ ਇੱਕ ਇਹ ਨੂੰ ਆਪਾਂ ਫੇਕ ਆ ਵੀ ਬੋਲਾਂਗੇ ਕਿਉਂਕਿ ਜੇ ਉਹਨੇ ਹਰਿਆਣੇ ਚ ਪੈਦਾ ਹੋ ਗਿਆ ਬੱਚਾ ਜਾਂ ਉਹਨੇ ਹਰਿਆਣਾ ਬੋਰਡ ਤੋਂ ਸਟੱਡੀ ਕੀਤੀ ਹੈ ਤਾਂ ਉਹਨੇ ਕੋਈ ਗੁਨਾਹ ਨਹੀਂ ਕੀਤਾ ਉਹਨੇ ਵੀ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਹੈ ਠੀਕ ਹੈ ਨਾ ਉਸੇ ਚੀਜ਼ ਕਰਕੇ ਸਾਡੇ ਕੋਲ ਕਾਫੀ ਰੀਚ ਸੀ ਹਰਿਆਣੇ ਵਾਲੇ ਬੱਚਿਆਂ ਦਾ ਯੂਪੀ ਵਾਲੇ ਬੱਚਿਆਂ ਦਾ ਦਿੱਲੀ ਵਾਲੇ ਬੱਚਿਆਂ ਦਾ ਬਟ ਉਹਨਾਂ ਵਾਸਤੇ ਚੰਡੀਗੜ੍ਹ ਰੀਚ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਸੀ ਦੈਟਸ ਵਾਈ ਇਨ ਦੀ ਰਿਕੁਆਇਰਮੈਂਟ ਲੱਗਦੇ ਲਗਦੇ ਤਾਂ ਹੀ ਅਸੀਂ ਦਿੱਲੀ ਆ ਆਪਣਾ ਆਫਿਸ ਵੀ ਓਪਨ ਕਰਨ ਜਾ ਰਹੇ ਹਾਂ ਜਨਕਪੁਰੀ ਦੇ ਵਿੱਚ ਜਿੰਦੀ ਡਿਟੇਲ ਤੁਹਾਨੂੰ ਬਹੁਤ ਜਲਦੀ ਹੀ ਸਾਡੇ ਆਫੀਸ਼ੀਅਲ ਪੇਜ ਦੇ ਉੱਪਰ ਐਂਡ ਸਾਡੇ ਟੀਵੀ ਚੈਨਲ ਦੇ ਉੱਪਰ ਵੀ ਤੁਹਾਨੂੰ ਮਿਲ ਜੂਗੀ ਤੇ ਜੇ ਇਨ ਕੇਸ ਤੁਸੀਂ ਤੁਹਾਨੂੰ ਦਿੱਲੀ ਤੋਂ ਤੇ ਤੁਸੀਂ ਆਪਣੀ ਕੋਈ ਕਨਫਿਊਜ਼ਨ ਹੈ ਤੁਹਾਨੂੰ ਤੇ ਤੁਸੀਂ ਸਾਨੂੰ ਦਿੱਲੀ ਆਫਿਸ ਵਿੱਚ ਵੀ ਮਿਲ ਸਕਦੇ ਹੋ ਸਾਡੀ ਪ੍ਰੋਪਰਟੀ ਟੀਮ ਐਵਰੀ ਵੈਡnesਡੇ ਤੇ ਫਰਾਈਡੇ ਤੁਹਾਨੂੰ ਦਿੱਲੀ ਵੀ ਮਿਲਿਆ ਕਰੇਗੀ ਵੈਸੇ ਟੀਮ ਉੱਤੇ ਪ੍ਰੋਪਰ ਅਵੇਲੇਬਲ ਹੈ ਬਟ ਸਾਡੇ ਇੱਥੋਂ ਵੀ ਆਫਿਸ ਦੇ ਵਿੱਚੋਂ ਵੀ ਅ ਥਰਸਡੇ ਉਹ ਸੌਰੀ ਵੈਡnesਡੇ ਐਂਡ ਫਰਾਈਡੇ ਤੁਹਾਨੂੰ ਅਸੀਂ ਦਿੱਲੀ ਵੀ ਮਿਲਿਆ ਕਰਾਂਗੇ ਜੀ 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 ਬਿਲਕੁਲ ਸਫਲ ਹਾਲ ਆਪਾਂ ਗੱਲ ਜਿਵੇਂ ਕੈਨੇਡਾ ਦੀ ਕਰ ਰਹੇ ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਸਟੂਡੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਸਮਝਣ ਕਿ ਸਾਨੂੰ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਸੋ ਜਿਹੜੇ ਸਟੂਡੈਂਟਸ ਜੇ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਸ ਤਰੀਕੇ ਨਾਲ ਕਿ ਉਹਨਾਂ ਦੀ ਪ੍ਰੋਫਾਈਲ ਥੋੜੀ ਵੀਕ ਕਿਹੜੀਆਂ ਮੰਨ ਸਕਦੇ ਹਾਂ ਵੀ ਕਿੱਥੇ ਅਪਲਾਈ ਕਰਨ ਤਾਂ ਕਿ ਉਹਨਾਂ ਦਾ ਸਕਸੈਸਫੁਲੀ ਵੀਜ਼ਾ ਉਹਨਾਂ ਨੂੰ ਮਿਲੇ ਸਭ ਤੋਂ ਪਹਿਲਾਂ ਤਾਂ ਜੇ ਤੁਹਾਡਾ ਟਾਰਗੇਟ ਕੈਨੇਡਾ ਹੈ ਤੇ ਤੁਸੀਂ ਪਹਿਲਾਂ ਇਹੀ ਟਰਾਈ ਕਰੋ ਕਿ ਜੋ ਤੁਸੀਂ ਕੈਨੇਡਾ ਦੀ ਰਿਕੁਆਇਰਮੈਂਟ ਉਹ ਮੀਟ ਕਰ ਪਾਓ ਠੀਕ ਹੈ ਨਾ ਆਪਣੀ ਸਟੱਡੀ ਵਿੱਚ ਗੈਪ ਨਹੀਂ ਹੈਗਾ 6 ਈਚ ਬੈਂਡ ਹੈਗੇ ਆ ਠੀਕ ਹੈ ਨਾ ਇਹ ਤੁਸੀਂ ਮੀਟ ਕਰ ਪਾਉਂਦੇ ਹੋ ਕਾਈਂਡ ਆ ਚੂਜ਼ ਕਰੋ ਇੱਕ ਵਾਰੀ ਨਹੀਂ ਆ ਤੁਹਾਡੀ ਅਟੈਂਪਟ ਹੋਈ ਸੈਕੰਡ ਵਾਰੀ ਟਰਾਈ ਕਰ ਲਓ ਜ਼ਰੂਰੀ ਨਹੀਂ ਹੈ ਕਿ ਇੱਕ ਵਾਰੀ ਅਟੈਂਪਟ ਕਰਕੇ ਹੀ ਆਪਣਾ ਸਕੋਰ ਆਣਾ ਹੈ ਸੈਕੰਡ ਅਟੈਂਪਟ ਕਰ ਲਓ ਬਟ ਜੇ ਤੁਹਾਡੇ ਦੋ ਤਿੰਨ ਵਾਰੀ ਅਟੈਂਪਟ ਤੋਂ ਬਾਅਦ ਵੀ ਸਕੋਰ ਅੱਛਾ ਨਹੀਂ ਆ ਰਿਹਾ ਤੇ ਜ਼ਰੂਰੀ ਨਹੀਂ ਫਿਰ ਤੁਸੀਂ ਕੈਨੇਡਾ ਹੀ ਕਰਨਾ ਹੈ ਹੋਰ ਵੀ ਕਾਫੀ ਕੰਟਰੀ ਹੈ ਇਸ ਪ੍ਰੋਫਾਈਲ ਨੂੰ ਆਸਟ੍ਰੇਲੀਆ इजीली ਐਕਸੈਪਟ ਕਰ ਲੈਂਦਾ ਹੈ ਯੂਕੇ इजीली ਐਕਸੈਪਟ ਕਰ ਲੈਂਦਾ ਹੈ ਨਿਊਜ਼ੀਲੈਂਡ इजीली ਐਕਸੈਪਟ ਕਰ ਲੈਂਦਾ ਹੈ ਤੇ ਇਵਨ ਜੇ ਤੁਸੀਂ ਕੈਨੇਡਾ ਨਹੀਂ ਐਲੀਜੀਬਲ ਹੋ ਪਾ ਰਹੇ ਤੁਸੀਂ ਉਹਦੇ ਪਿੱਛੇ ਫਿਰਨ ਤੋਂ ਵਧੀਆ ਕਿ ਤੁਸੀਂ ਫਿਰ ਆਪਣਾ ਇੱਕ ਟਾਰਗੇਟ ਹੀ ਚੇਂਜ ਕਰਕੇ ਦੂਸਰੀ ਕੰਟਰੀ ਵਿੱਚ ਵੀ ਆਪਣਾ ਫਿਊਚਰ ਬ੍ਰਾਈਟ ਕਰ ਸਕਦੇ ਹੋ ਜੀ 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 ਬਿਲਕੁਲ ਸੋ ਇਸੇ ਲਈ ਇੱਕ ਚੰਗਾ ਕੰਸਲਟੈਂਟ ਜਿਹੜਾ ਹੋਏਗਾ ਤੁਹਾਨੂੰ ਇਹੀ ਗਾਈਡ ਕਰੇਗਾ ਕਿ ਤੁਸੀਂ ਕਿੱਥੇ ਲਈ ਐਲੀਜੀਬਲ ਹੋ ਤੁਹਾਨੂੰ ਉੱਥੇ ਹੀ ਅਪਲਾਈ ਕਰਨਾ ਚਾਹੀਦਾ ਹੈ ਨਾ ਕਿ ਤੁਹਾਨੂੰ ਇਹ ਕਹੂਗਾ ਕਿ ਜਿੱਥੇ ਤੁਸੀਂ ਕਹਿੰਦੇ ਹੋ ਜੀ ਉੱਥੇ ਤੁਹਾਡਾ ਵੀਜ਼ਾ ਅਸੀਂ ਲਗਵਾ ਕੇ ਦਵਾਂਗੇ ਸੋ ਅਜਿਹੇ ਸਟੇਟਮੈਂਟਸ ਵਾਲੇ ਕੰਸਲਟੈਂਟਸ ਤੋਂ ਜ਼ਰੂਰ ਬਚ ਕੇ ਰਹਿਆ ਕਰੋ ਕਿਉਂਕਿ ਅੱਜ ਕੱਲ ਇੰਨੀ ਕਿ ਅਵੇਅਰਨੈਸ ਜ਼ਰੂਰ ਹੋ ਗਈ ਹੈ ਸਟੂਡੈਂਟ ਨੂੰ ਕਿ ਜਿੱਥੇ ਪਤਾ ਹੋਵੇ ਉੱਥੇ ਹੀ ਧਿਆਨ ਨਾਲ ਹਰ ਚੀਜ਼ ਜੋ ਹੈ ਪ੍ਰੋਸੈਸ ਜ਼ਰੂਰ ਕਰਵਾਇਆ ਕਰੋ ਸੋ ਇਸ ਗੱਲ ਨੂੰ ਆਪਾਂ ਕਿੰਨਾ ਕੋ ਸੱਚ ਮੰਨੀਏ ਕਿ ਕੈਨੇਡਾ ਅੰਬੈਸੀ ਜੋ ਹੈ ਲਗਾਤਾਰ ਫਾਈਲਸ ਕੱਢ ਰਹੀ ਹੈ ਇਸੇ ਕਰਕੇ ਰਿਫਿਊਜ਼ਲਸ ਵੀ ਜ਼ਿਆਦਾ ਆ ਰਹੀਆਂ ਨੇ ਕਿ ਇਸ ਟਾਈਮ ਦੇ ਵਿੱਚ ਆਪਾਂ ਕਿਉਂਕਿ ਦੇਖਿਆ ਚੰਗੀ ਐਸਡੀਐਸ ਪ੍ਰੋਫਾਈਲ ਦੇ ਵੀ ਰਿਫਿਊਜ਼ਲ ਆਏ ਨੇ ਤਾਂ ਨੋਨ ਐਸਡੀਐਸ ਵਾਲਿਆਂ ਦਾ ਤਾਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਅਪਲਾਈ ਨਾ ਹੀ ਕਰਨ ਉਹਨਾਂ ਦੇ ਰਿਫਿਊਜ਼ਲ ਰੇਟ ਵੀ ਜਾ ਰਿਹਾ ਹੈ ਰਿਜ਼ਲਟਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੀ ਆਪਾਂ ਮਿਲ ਨਹੀਂ ਬੇਸਿਕਲੀ ਗੱਲ ਕਰ ਰਹੇ ਰਿਫਿਊਜ਼ਲ ਦੀ ਰਿਫਿਊਜ਼ਲ ਜਿੰਨੀ ਜ਼ਿਆਦਾ ਫਾਈਲ ਅੰਬੈਸੀ ਲੌਗਇਨ ਹੋਣਗੀਆਂ ਉਹਨੀਆਂ ਜ਼ਿਆਦਾ ਰਿਫਿਊਜ਼ਲ ਆ ਨਹੀਂ ਆਣੀ ਹੈ ਹੀ ਰੀਜ਼ਨ ਕਿ ਆਪਾਂ ਜੇ ਪਹਿਲਾਂ ਗੱਲ ਕੀਤੀ ਕੁਝ ਪਰਸਨ ਕਹਿ ਰਹੇ ਸਿਕਸੀਚ ਕੁਝ 6 ਨੋ ਲੈਸ 5.5 ਕੁਝ ਵਿਦਾਊਟ ਐਲਸ ਹੁਣ ਜਦੋਂ ਸਾਰੀ ਫਾਈਲ ਅੰਬੈਸੀ ਜਾ ਰਹੀਆਂ ਤੇ ਜਿਹੜੇ ਆ ਵਿਦਾਊਟ ਐਲਸ ਵਾਲੇ ਹੋ ਗਏ 6 ਨੋ ਲੈਸ 5.5 ਟੂ ਮੋਡਿਊਲ ਵਾਲੇ ਹੋ ਗਏ ਇਹ ਤਾਂ ਜਾਣਦੇ ਹੀ ਰਿਫਿਊਜ਼ ਆਲਮੋਸਟ 95% ਰਿਫਿਊਜ਼ਲ ਹੀ ਹੈ ਮੀਨਸ ਆਪਾਂ ਇਹ ਸਮਝਾ ਦਿਆ ਕਿ ਜ਼ਿਆਦਾ ਜੋ ਫਾਈਲਿੰਗ ਹੋਈ ਪਈ ਹੈ ਉਹ ਐਲੀਜੀਬਲੀ ਨਹੀਂ ਕਹਿੰਦੇ ਨੇ ਮਿੱਤਕੇ ਨਾਲ ਹੀ ਐਮਬੈਸੀ ਚ ਭੇਜੀਆਂ ਜਾ ਰਹੀਆਂ ਫਾਈਲਾਂ ਵੀ ਹਾਂ ਉਹਨਾਂ ਨੂੰ ਕੋਈ ਮਤਲਬ ਨਹੀਂ ਆ ਉਹਨਾਂ ਨੂੰ ਆਪਣੀ ਫੀਸ ਆ ਰਹੀ ਹੈ ਠੀਕ ਹੈ ਨਾ ਬਟ ਜੇ ਤੂੰ ਤੁਹਾਡੀ ਰਿਫਿਊਜ਼ਲ ਆ ਰਹੀ ਹੈ ਇਹ ਨਹੀਂ ਹੈ ਕਿ ਤੁਹਾਡੀ ਰਿਫਿਊਜ਼ਲ ਆ ਗਈ ਤੁਹਾਡੇ ਫਿਊਚਰ ਉੱਪਰ ਕੋਈ ਇੰਪੈਕਟ ਨਹੀਂ ਪਏਗਾ ਇੰਪੈਕਟ ਪਏਗਾ ਰੀਜ਼ਨ ਕੀ ਹੈ ਅੱਜ ਤੁਸੀਂ ਕਿਸੇ ਕੰਸਲਟੈਂਟ ਕੋਲ ਗਏ ਹੋ ਉਹਨੇ ਤੁਹਾਡੀ ਪ੍ਰੋਫਾਈਲ ਆਪਣੇ ਤਰੀਕੇ ਨਾਲ ਲਗਾਈ ਹੈ ਤੇ ਤੁਹਾਨੂੰ ਉਹਦਾ ਪਤਾ ਚੱਲ ਗਿਆ ਨਹੀਂ ਯਾਰ ਇਹਨੇ ਮੇਰੀ ਰਿਫਿਊਜ਼ਲ ਲਗਵਾਤੀ ਮੇਰਾ ਪ੍ਰੋਫਾਈਲ ਡਾਊਨ ਕਰਤਾ ਤੁਸੀਂ ਉਸ ਤੋਂ ਬਾਅਦ ਕਿਸੇ ਦੂਸਰੇ ਪਰਸਨ ਕੋਲ ਜਾਂਦੇ ਹੋ ਉਹਨੇ ਆਪਣੇ ਤਰੀਕੇ ਨਾਲ ਕਰਨਾ ਹੈ ਦੈਟਸ ਵਾਈ ਫਿਰ ਉ ਕੀ ਕਰੇਗੀ ਸਿੰਪਲੀ ਇਹੀ ਚੀਜ਼ ਹੈ ਪ੍ਰੋਫਾਈਲ ਉਦੋਂ ਲਗਾਓ ਜਦੋਂ ਤੁਸੀਂ ਐਲੀਜੀਬਲ ਹੋ ਐਲੀਜੀਬਲ ਨਹੀਂ ਹੋ ਤੇ ਪ੍ਰੋਫਾਈਲ ਨਾ ਲਗਾਓ ਉਸ ਤੋਂ ਬਾਅਦ ਰਿਫਿਊਜ਼ਲ ਦੀ ਆਪਾਂ ਮੇਨ ਨਹੀਂ ਗੱਲ ਕਰਦੇ ਆਪਾਂ ਟੋਪਿਕ ਤੋਂ ਦੂਜੀ ਜਗ੍ਹਾ ਤੇ ਆ ਗਏ ਜਿਹੜੀ ਰਿਫਿਊਜ਼ਲ ਹੈ ਰਿਫਿਊਜ਼ਲ ਆ ਕਿ ਇੱਕ ਤਾਂ ਆਪਾਂ एलिजिਬਿਲਟੀ ਦੀ ਗੱਲ ਕਰ ਲਈ ਅਪਲਾਈ ਹੈ एलिजिਬਲ ਹੋ ਤਾਂ ਅਪਲਾਈ ਕਰੋ ਕੁਝ ਪਰਸਨ ਇਹੋ ਜਿਹੇ ਵੀ ਨੇ ਜਿੰਨਾ ਜਿਹੜੇ एलिजिਬਲ ਵੀ ਨੇ ਫਿਰ ਵੀ ਰਿਫਿਊਜ਼ਲ ਆ ਰਹੀਆਂ ਜਸ ਲਾਈਕ ਮੇਰੇ ਕੋਲ ਹੋਣੇ ਕਿ ਪ੍ਰੋਫਾਈਲ ਆਇਆ ਸੀ ਉਹਦੇ 7 ਬੈਂਡ ਸੀ ਠੀਕ ਹੈ ਨਾ 7 ਬੈਂਡ ਨੂੰ ਆਪਾਂ ਮਾੜਾ ਨਹੀਂ ਬੋਲਾਂਗੇ ਠੀਕ ਹੈ ਨਾ ਬਟ ਫਿਰ ਵੀ ਉਹਦਾ ਕੈਂਡੀਡੇਟ ਦਾ ਰਿਫਿਊਜ਼ਲ ਆ ਗਿਆ ਬਟ ਉਹਦਾ ਕੱਲਾ ਆਇਲਸ ਹੀ ਸਭ ਕੁਝ ਨਹੀਂ ਹੈਗਾ ਉਹਨਾਂ ਚੂਸ ਕੋਰਸ ਤੁਸੀਂ ਕਿਸ ਪ੍ਰੋਗਰਾਮ ਚ ਜਾ ਰਹੇ ਹੋ ਕਿਸ ਪ੍ਰੋਵਿੰਸ ਦੇ ਵਿੱਚ ਜਾ ਰਹੇ ਹੋ ਉਹ ਵੀ ਇਫੈਕਟ ਕਰਦਾ ਹੈ ਹੈ ਨਾ ਹ ਹ ਅੱਜ ਦੇ ਟਾਈਮ ਚ ਹਰ ਇੱਕ ਬੰਦੇ ਨੂੰ ਇਹ ਹੀ ਹੈ ਬੱਚੇ ਨੂੰ ਇਹ ਹੀ ਹੈ ਕਿ ਮੈਂ ਟੋਰਾਂਟੋ ਜਾਣਾ ਹੈ ਮੈਂ ਬ੍ਰੈਮਟਨ ਜਾਣਾ ਹੈ ਔਰ ਤੁਸੀਂ ਇੱਕ ਚੀਜ਼ ਨੋਟ ਕਰੋ ਨਾ ਕੋਈ ਵੀ ਚੀਜ਼ ਹੈ ਜਦੋਂ ਫਿਲ ਹੋ ਜੂਗੀ ਉਹ ਤੁਹਾਨੂੰ ਬਾਹਰ ਸੱਟੇ ਕੀ ਹੀ ਸੱਟੇਗੀ ਹਰ ਇੱਕ ਬੱਚਾ ਜੇ ਕੈਨੇਡਾ ਵਿੱਚ ਟੋਰਾਂਟੋ ਤੇ ਬ੍ਰੈਮਟਨ ਜਾਣਾ ਚਾਹੁੰਦਾ ਹੈ ਤੇ ਉਹ ਕਿੰਨਾ ਕੁ ਪਰਸਨ ਉੱਥੇ ਹੈਂਡਲ ਕਰ ਸਕਦੇ ਨੇ ਕਿੰਨੇ ਨੂੰ ਆਪਣੇ ਵਿੱਚ ਲੈ ਸਕਦੇ ਨੇ ਦੈਟਸ ਵਾਈ ਜਿੰਨੀ ਰਿਕੁਆਇਰਮੈਂਟ ਹੈ ਉਹ ਉਹਨਾਂ ਲੈ ਕੇ ਬਾਕੀ ਉਹਨਾਂ ਨੇ ਰਿਫਿਊਜ਼ਲ ਹੀ ਦੇਣੀ ਹੈ ਜੀ ਜੀ ਸਭ ਤੋਂ ਮੇਨ ਚੀਜ਼ ਇਹ ਦੇਖੋ ਕਿ ਤੁਹਾਡਾ ਪ੍ਰੋਫਾਈਲ ਕਿਸ ਏਰੀਆ ਵਾਸਤੇ ਐਲੀਜੀਬਲ ਹੈ ਕਿਸ ਪ੍ਰੋਗਰਾਮ ਵਾਸਤੇ ਐਲੀਜੀਬਲ ਹੈ ਆਪਣੇ ਪ੍ਰੋਫਾਈਲ ਨੂੰ ਆਪ ਉਸ ਪ੍ਰੋਵਿੰਸ ਦੇ ਵਿੱਚ ਤੇ ਉਸ ਪ੍ਰੋਪਰ ਕੋਰਸ ਦੇ ਵਿੱਚ ਲਗਾਓ ਜਿੰਦੇ ਵਿੱਚ ਤੁਸੀਂ एलिजिਬਲ ਹੋ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਇਨਕਰੀਸ ਹੋਊਗਾ ਹੀ ਹੋਊਗਾ ਰਿਫਿਊਜ਼ਲ ਤੋਂ ਤੁਸੀਂ ਬਚੋਗੇ ਹੀ ਬਚੋਗੇ ਜੀ ਬਿਲਕੁਲ ਸੋ ਤੁਸੀਂ ਰਿਫਿਊਜ਼ਲ ਤੋਂ ਬਚੋ ਤੇ ਤੁਹਾਡੇ ਫਸਟ ਅਟੈਂਪਟ ਵਿੱਚ ਹੀ ਜੋ ਹੈ ਵੀਜ਼ਾ ਹੈ ਇਹੀ ਅਸੀਂ ਵੀ ਚਾਹੁੰਦੇ ਆ ਇਸ ਲਈ ਅਸੀਂ ਸਾਰੀਆਂ ਖਾਸ ਗੱਲਾਂ ਖਾਸ ਜਾਣਕਾਰੀ ਤੁਹਾਡੇ ਨਾਲ ਰੈਗੂਲਰ ਸ਼ੋਅ ਦੇ ਜ਼ਰੀਏ ਸਾਂਝੀ ਕਰਦੇ ਰਹਿੰਦੇ ਆ ਸੋ ਇੱਕ ਇਹ ਵੀ ਗੱਲ ਜਰੂਰ ਜਾਣਨੀ ਚਾਹਾਂਗੇ ਕਿ ਵੀਜ਼ਾ ਦਾ ਸਕਸੈਸ ਰੇਟ ਲਈ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਟੂਡੈਂਟਸ ਨੂੰ ਵੀ ਪਤਾ ਹੋਵੇ ਕਿ ਕਿਹੜੀ ਕਿਹੜੀ ਗੱਲਾਂ ਦਾ ਆਪਾਂ ਸ਼ੁਰੂਆਤ ਵਿੱਚ ਧਿਆਨ ਰੱਖਾਂਗੇ ਤਾਂ ਸਾਡਾ ਵੀਜ਼ਾ ਜ਼ਰੂਰ ਆਏਗਾ ਜਿਹੜੇ ਮੇਨ ਪੁਆਇੰਟ ਹੈ ਵੀਜ਼ਾ ਵਾਸਤੇ ਫਰਸਟ ਚੀਜ਼ ਉਹੀ ਐਲੀਜੀਬਿਲਟੀ ਕਰਾਈਟੇਰੀਆ ਉਹ ਮੀਟ ਕਰੋ ਉਸ ਤੋਂ ਨਾਲ ਨਾਲ ਸਟੂਡੈਂਟ ਦੀ ਜਦੋਂ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਸਟੂਡੈਂਟ ਨੂੰ ਦੇਖਣਾ ਚਾਹੀਦਾ ਕਿ ਉਹ ਐਲੀਜੀਬਲ ਹੈ ਕਿ ਨਹੀਂ ਹੈ ਇਹਦੇ ਵਿੱਚ ਕੁਝ ਕੰਸਲਟੈਂਟ ਨੂੰ ਵੀ ਧਿਆਨ ਦੇਣਾ ਪਏਗਾ ਰੀਜ਼ਨ ਕੀ ਹੈ ਆਪਾਂ ਕੀ ਕਰਦੇ ਹਾਂ ਬੱਚਾ ਆ ਗਿਆ ਠੀਕ ਹੈ ਨਾ ਦੇਖ ਲਿਆ ਜੀ ਇਹ ਕੋਲਜ ਐਲੀਜੀਬਲ ਹੈ ਇਹ ਬੱਚਾ ਅਪਲਾਈ ਕਰ ਸਕਦਾ ਹੈ ਅਪਲਾਈ ਕਰ ਦੋ ਬਟ ਇਹ ਚੀਜ਼ ਨਹੀਂ ਹੈ ਇੱਕ ਹਰ ਇੱਕ ਕੰਟਰੀ ਹੈ ਜਸਟ ਲਾਈਕ ਆਪਾਂ ਕੈਨੇਡਾ ਗੱਲ ਕਰ ਲਈਏ ਕੈਨੇਡਾ ਦਾ ਉਹਦੀ ਫੈਡਰਲ ਗਵਰਨਮੈਂਟ ਦਾ ਉੱਥੋਂ ਦੀ ਜਿਹੜੀ ਲੋਕਲ ਗਵਰਨਮੈਂਟ ਹੈ ਮੀਨ ਤੁਸੀਂ ਜਿਹੜੀ ਉੱਥੇ ਪ੍ਰੋਵਿੰਸ ਹੈ ਉੱਥੋਂ ਦੀ ਸਟੇਟ ਹੈ ਉਹਨਾਂ ਦੀ ਗਵਰਨਮੈਂਟ ਦੇ ਨਾਲ ਇੱਕ ਐਗਰੀਮੈਂਟ ਹੁੰਦਾ ਜਸਟ ਲਾਈਕ ਆਪਾਂ ਕਿਊਬੈਕ ਦੀ ਗੱਲ ਕਰ ਲਈਏ ਜਾਂ ਆਪਾਂ ਐਲਬਰਟਾ ਸਾਈਡ ਦੀ ਗੱਲ ਕਰ ਲਈਏ ਹੁਣ ਉਹਨਾਂ ਨੇ ਗੱਲ ਕਰ ਲਈ ਵੀ ਸਾਨੂੰ ਇਸ ਟਾਈਮ ਸ਼ੋਰਟੇਜ ਹੈ ਕਿਸੇ ਵੀ ਪ੍ਰੋਵਿੰਸ ਨੇ ਕਿਹਾ ਤਾਂ ਜਸਟ ਲਾਈਕ ਸਕੈਚੂਇਨ ਨੀ ਬੋਲਤਾ ਵੀ ਸਾਨੂੰ ਇਸ ਟਾਈਮ 10 ਲੱਖ 2 ਲੱਖ ਬੰਦਿਆਂ ਦੀ ਰਿਕੁਆਇਰਮੈਂਟ ਹੈ ਠੀਕ ਹੈ ਨਾ ਉਹ ਕਿ ਇਹ ਸਾਨੂੰ ਬੱਚੇ ਰਿਕੁਆਇਰ ਇੰਨੇ ਬੱਚੇ ਨਹੀਂ ਬੋਲਾਂਗੇ ਉਹਨਾਂ ਵਾਸਤੇ ਉਹ ਲੇਬਰ ਹੁੰਦੀ ਹੈ ਕਿਉਂਕਿ ਆਪਣੇ ਇਥੋਂ ਦਾ ਸਟੂਡੈਂਟ ਉਹਨਾਂ ਵਾਸਤੇ ਲੇਬਰ ਬੋਥ ਆਰ ਦਾ ਸੇਮ ਥਿੰਗ ਉਹ ਇੱਕ ਚੀਜ਼ ਨੂੰ ਹੀ ਕਨਸੀਡਰ ਕਰ ਦਿੰਨੇ ਕਿਉਂਕਿ ਉਹਨਾਂ ਨੂੰ ਲੇਬਰ ਨੂੰ ਕਵਰ ਕਰਨ ਵਾਸਤੇ ਸਟੂਡੈਂਟ ਨੂੰ ਸਭ ਤੋਂ ਇੱਕ ਨਾ ਸਿਕਿਉਰ ਵੇ ਮੰਨਿਆ ਜਾਂਦਾ ਹੈ ਠੀਕ ਨਾ ਤੇ ਉਹ ਇਹੀ ਕਲੀਅਰ ਕਰ ਦਿੰਦੇ ਕਿ ਸਾਨੂੰ ਇੰਨੇ ਪਰਸਨ ਜ਼ਰੂਰਤ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਮਤਲਬ ਕਿ ਇਸ ਫੀਲਡ ਦੇ ਵਿੱਚ ਨੂੰ ਨੂੰ ਲੇਬਰ ਚਾਹੀਦੀ ਹੈ ਠੀਕ ਹੈ ਨਾ ਤਾਂ ਕਰਕੇ ਉਸ ਪ੍ਰੋਵਿੰਸ ਦੇ ਵਿੱਚ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰੋਗੇ ਵੀਜ਼ਾ ਸਕਸੈਸ ਇਨਕਰੀਜ਼ ਹੋਏਗਾ ਜਸਟ ਲਾਈਕ ਮੈਂ ਐਗਜ਼ਾਮਪਲ ਦਿੰਨਾ ਇਹ ਕਰੈਕਟ ਨਹੀਂ ਹੈਗਾ ਐਗਜ਼ਾਮਪਲ ਯੇ ਸਿੰਪਲੀ ਠੀਕ ਹੈ ਨਾ ਜੇਮਸ ਸਕੇਚੁਇਨ ਨੇ ਫੈਡਰਲ ਗਵਰਨਮੈਂਟ ਨਾਲ ਇੱਕ ਐਗਰੀਮੈਂਟ ਕੀਤਾ ਕਿ ਮੈਨੂੰ 2 ਲੱਖ ਬੰਦੇ ਚਾਹੀਦੇ ਨੇ ਉਹਨਾਂ ਨੂੰ ਰਿਕੁਆਇਰਮੈਂਟ ਹੈ ਮੇਰੇ ਕੋਲ ਲੇਬਰ ਸ਼ੋਰਟੇਜ ਹੈਗੀ ਹੈ ਹਾ ਹੋਟਲ ਇੰਡਸਟਰੀਜ਼ ਦੇ ਵਿੱਚ ਜਾਂ ਫਿਰ ਕਿਉਂਕਿ ਉੱਥੇ ਮੇਨਲੀ ਹੋਟਲ ਹੀ ਹੈ ਸਕੇਚੁਇਨ ਦੇ ਵਿੱਚ ਬਗਾਲ ਕਰੀਏ ਇੱਥੇ ਕਿਉਂਕਿ ਠੰਡ ਜਾਂਦੀ ਹੈ ਹੋ ਤੁਸੀਂ ਸਕੈਚੂਨ ਪ੍ਰੋਵਿੰਸ ਦੇ ਵਿੱਚ ਐਚ ਐਮ ਪ੍ਰੋਗਰਾਮ ਦੇ ਵਿੱਚ इवन ਕੁਕਰੀ ਹੋ ਗਿਆ ਹੋਟ ਮੈਨੇਜਮੈਂਟ ਦਾ ਹੋ ਗਿਆ ਠੀਕ ਨਾ ਜਾਂ ਫਿਰ ਰਿਸੈਪਸ਼ਨ ਦਾ ਕੋਰਸ ਹੋ ਗਿਆ ਉਹਦੇ ਵਿੱਚ ਅਪਲਾਈ ਕਰੋਗੇ ਤੁਹਾਡਾ ਸਕਸੈਸ ਰੇਟ ਇਨਕਰੀਜ਼ ਹੋਊਗਾ ਉਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ اے ਕਾਲਜ ਅਪਲਾਈ ਕਰੋਗੇ ਜਾਂ ਬੀ ਕਾਲਜ ਅਪਲਾਈ ਕਰੋਗੇ ਕੋਰਸ ਸੈਲੈਕਟ ਸਹੀ ਕਰੋ ਪ੍ਰੋਵਿੰਸ ਸੈਲੈਕਟ ਸਹੀ ਕਰੋ ਤੁਹਾਡਾ ਵੀਜ਼ਾ ਸਕਸੈਸ ਰੇਟ ਇਨਕਰੀਜ਼ ਹੋਊਗਾ ਹੀ ਹੋਊਗਾ ਨਾ ਕਿ ਇਕੱਲਾ ਟੋਰਾਂਟੋ ਸੈਲੈਕਟ ਕਰਕੇ ਟੋਰਾਂਟੋ ਤੋਂ ਜਗ੍ਹਾ ਹੋਰ ਵੀ ਬਹੁਤ ਜਗ੍ਹਾ ਹੈਗੀਆਂ ਕੈਨੇਡਾ ਦੇ ਵਿੱਚ ਇਕੱਲਾ ਟੋਰਾਂਟੋ ਹੀ ਕੈਨੇਡਾ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਗੱਲ ਚਲੋ ਪ੍ਰੋਵਿੰਸ ਦੀ ਹਈ ਹੈ ਸੋ ਇਸ ਨੂੰ ਲੈ ਕੇ ਵੀ ਸਟੂਡੈਂਟਸ ਨਾਲ ਕਈ ਸਵਾਲ ਰਹਿੰਦੇ ਨੇ ਕਿ ਕਹਿੰਦੇ ਆ ਜੀ ਕੋਈ ਇਹ ਜੀ ਪ੍ਰੋਵਿੰਸ ਸਾਨੂੰ ਦੱਸੋ ਜੀ ਜਿੱਥੇ ਚਲੋ ਮੋਸਮ ਪਾਵੇਂ ਕਿਵੇਂ ਦਾ ਵੀ ਹੋਵੇ ਜਿੱਥੇ ਵੀਜ਼ਾ ਲੱਗ ਜਾਂਦਾ ਹੈ ਕਿ ਸਪੈਸ਼ਲੀ ਇਹ ਚੀਜ਼ਾਂ ਹੁੰਦੀਆਂ ਕਿ ਕੁਝ ਪ੍ਰੋਵਿੰਸ ਐਸੇ ਵੀ ਨੇ ਕੈਨੇਡਾ ਦੇ ਵਿੱਚ ਜਿੱਥੇ ਅਪਲਾਈ ਕਰੀਏ ਬਾਕੀ ਸਟੂਡੈਂਟ ਵੀ ਘੱਟ ਅਪਲਾਈ ਕਰਦੇ ਨੇ ਕੁਝ ਸਟੂਡੈਂਟ ਅਗਰ ਉੱਥੇ ਜਾਣ ਤਾਂ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਜ਼ਿਆਦਾ ਹੋ ਜਾਂਦਾ ਹੈ ਬਿਲਕੁਲ ਇਹ ਐਗਜ਼ੈਕਟਲੀ ਗੱਲ ਹੈਗੀ ਹੈ ਮੈਂ ਜਦੋਂ ਤੁਹਾਨੂੰ ਉਹਨੀ ਗੱਲ ਕਰ ਰਿਹਾ ਕਿ ਅਪਾ ਨਾ ਇੱਕ ਟਾਰਗੇਟ ਟੋਰਾਂਟੋ ਬਣਿਆ ਬਣਿਆ ਟੋਰਾਂਟੋ ਬਣਿਆ ਬ੍ਰੈਂਟਨ ਬਣਿਆ ਅਸੀਂ ਆਨਟਾਰੀਓ ਦੀ ਗੱਲ ਕਰ ਰਹੇ ਹਾਂ ਠੀਕ ਹੈ ਨਾ ਜਦੋਂ ਹਰ ਇੱਕ ਬੱਚਾ ਜਾ ਹੀ ਉਧਰ ਜਾਊਗਾ ਤੇ ਦੂਸਰੇ ਏਰੀਆ ਹੁਣ ਕਿਊਬੈਕ ਹੈ ਕਿਊਬੈਕ ਸਾਰੇ ਡਿਮਾਂਡ ਦੇ ਵਿੱਚ ਡਰ ਪਿਆ ਹੋਇਆ ਸੀ ਕਿ ਕਿਊਬੈਕ ਵਿੱਚ ਤਿੰਨ ਚਾਰ ਕਾਲਜ ਬਲੈਕਲਿਸਟ ਹੋ ਗਏ ਹੁਣ ਕਿਊਬੈਕ ਬੰਦ ਹੀ ਹੋ ਗਿਆ ਐਵੇਂ ਨਹੀਂ ਹੈ ਕਿਊਬੈਕ ਦੇ ਵਿੱਚ ਬਾਕੀ ਕਾਲਜ ਵੀ ਹੈਗੇ ਨੇ ਠੀਕ ਹੈ ਨਾ ਜੇ ਕਿਊਬੈਕ ਬੰਦ ਹੋ ਗਿਆ ਤੇ ਬਾਕੀ ਕਾਲਜ ਕਹਿੰਦੇ ਐਗਜ਼ਿਸਟ ਕਰਨਗੇ ਠੀਕ ਹੈ ਨਾ ਕਿਊਬੈਕ ਸੈਪਲਾਈ ਕਰੋ ਕਿਊਬੈਕ ਦਾ ਇਸ ਟਾਈਮ ਸਕਸੈਸ ਰੇਟ ਅ অন্ਟਾਰੀਓ ਨਾਲੋਂ ਜ਼ਿਆਦਾ ਅੱਛਾ ਹੈ ਪਰ ਕਿਊਬੈਕ ਦਾ ਕੈਰਸ ਕਿ ਸਟੂਡੈਂਟਸ ਦੇ ਮਨ ਵਿੱਚ ਵੀ ਡਰ ਹੈ ਕਿ ਉੱਥੇ ਵਰਕ ਪਰਮਿਟ ਨੂੰ ਲੈ ਕੇ ਸਵਾਲ ਹੈ ਸ਼ਾਇਦ ਕੰਮ ਨੂੰ ਲੈ ਕੇ ਦਿੱਕਤਾਂ ਨੇ ਨਹੀਂ 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 ਵਰਕ ਪਰਮਿਟ ਨੂੰ ਕੀ ਹੈ ਕਿ ਪਹਿਲਾਂ ਕੀ ਸੀ ਕਿ ਪ੍ਰਾਈਵੇਟ ਔਰ ਗਵਰਨਮੈਂਟ ਤੁਹਾਨੂੰ ਸਟੱਡੀ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੁਣ ਗਵਰਨਮੈਂਟ ਨੇ ਕੀ ਕਰਤਾ ਕਿ ਨਹੀਂ ਜੋ ਦੂਸਰੀ ਪ੍ਰੋਵਿੰਸ ਵਿੱਚ ਹੈ ਮੈਂ ਇੱਥੇ ਵੀ ਸੇਮ ਹੀ ਅਪਲਾਈ ਕਰਾਂਗੇ ਜੇ ਤੁਸੀਂ ਪਬਲਿਕ ਕਾਲਜ ਦੇ ਵਿੱਚ ਅਪਲਾਈ ਕਰੋਗੇ ਤੇ ਤੁਹਾਨੂੰ ਵਰਕ ਪਰਮਿਟ ਮਿਲੂਗਾ ਪ੍ਰਾਈਵੇਟ ਦੇ ਵਿੱਚ ਅਸੀਂ ਵਰਕ ਪਰਮਿਟ ਨਹੀਂ ਦਵਾਂਗੇ ਠੀਕ ਹੈ ਨਾ ਤੁਸੀਂ ਕਿਊਬੈਕ ਸਿਲੈਕਟ ਕਰ ਰਹੇ ਹੋ ਗਵਰਨਮੈਂਟ ਕਾਲਜ ਸਿਲੈਕਟ ਕਰੋ ਤੁਹਾਨੂੰ ਵਰਕ ਪਰਮਿਟ ਮਿਲੂਗਾ ਵੀਜ਼ਾ ਮਿਲੂਗਾ ਇਵਨ ਤੁਸੀਂ ਬੀਆਰਐਸ ਸੇ ਵੀ ਐਲੀਜੀਬਲ ਹੋਗੇ ਜੀ ਜੀ ਕਾਫੀ ਕਾਲਜ ਅੱਛੇ ਅੱਛੇ ਹੈਗੇ ਆ ਕਿਊਬੈਕ ਦੇ ਵਿੱਚ ਸੀਜੇਪ ਕਾਲਜ ਹੈ ਸੀਡੀਸੀ ਕਾਲਜ ਅਪਲਾਈ ਕਰੋ ਉਹ ਤਾਂ ਇਵਨ ਜੋ ਅੰਡਿਆਪੋਂ 온ਟਾਰੀਓ ਦੀ ਗੱਲ ਕਰੀਏ ਹੁਣ ਆਪਾਂ ਮਈ ਛੱਡੋ ਸੈਪਟੰਬਰ ਇਨਟੇਕ ਤੱਕ ਓਪਨ ਹੋ ਗਿਆ 2023 ਦਾ ਠੀਕ ਹੈ ਨਾ ਤੇ ਇਹੀ ਚੀਜ਼ ਹੈ ਕੋਬੈਗ ਦੇ ਵਿੱਚ ਤਾਂ ਜਨਵਰੀ ਇਨਟੇਕ ਵੀ अवेलेबल ਹੈਗਾ ਸੀਜਾ ਪਾਲਿਸੀ ਤੁਹਾਨੂੰ ਜਨਵਰੀ ਇਨਟੇਕ ਮਿਲ ਜਾਊਗਾ ਸੀਡੀਸੀ ਕਾਲਜ ਹੈ ਕਿਉਬੈਗ ਦੇ ਵਿੱਚ ਉੱਥੇ ਤੁਹਾਨੂੰ ਜਨਵਰੀ ਇਨਟੇਕ ਮਿਲ ਜਾਊਗਾ ਜੀ ਜੀ ਪਰ ਜਿਵੇਂ ਕਿ ਨਿਊ ਗਾਇਡਲਾਈਨਸ ਜਿਹੜੀਆਂ ਨੇ ਸਤੰਬਰ 2023 ਤੋਂ ਸ਼ੁਰੂ ਹੋਣੀ ਹੈ ਤੇ ਪਰ ਸਟੂਡੈਂਟ ਦੇ ਮਨ ਵਿੱਚ ਡਰ ਹੈ ਕਿ ਤਾਂ ਲੱਗ ਰਿਹਾ ਹੈ ਕਿ ਹੁਣ ਇਸ ਵਜਾ ਵਜਾ ਕਰਕੇ ਜੋ ਹੈ ਕਿ ਕਯੂਬਿਕ ਦੀ ਫਾਈਲਿੰਗ ਘਟੀ ਹੈ ਕਿਊਬਿਕ ਦੀ ਫਾਈਲ ਨਹੀਂ ਘਟੀ ਬੱਚੇ ਅਵੇਅਰ ਜ਼ਿਆਦਾ ਹੋ ਗਏ ਨੇ ਓਕੇ ਪਹਿਲਾ ਉਹੀ ਚੀਜ਼ ਹੈ ਹਰ ਇੱਕ ਬੰਦੇ ਨੂੰ ਹੁੰਦਾ ਸੀ ਪ੍ਰਾਈਵੇਟ ਚ ਅਪਲਾਈ ਕਰ ਦੋ ਠੀਕ ਹੈ ਨਾ ਕਿਉਂਕਿ ਪ੍ਰਾਈਵੇਟ ਦੇ ਵਿੱਚ ਏਜੰਟ ਨੂੰ ਵੀ ਬੈਨੀਫਿਟ ਕੁਝ ਜ਼ਿਆਦਾ ਹੁੰਦਾ ਠੀਕ ਹੈ ਨਾ ਈਜ਼ੀ ਹੈ ਪ੍ਰੋਸੈਸ ਤੇ ਬਟ ਉਹੀ ਚੀਜ਼ ਹੈ ਅਵੇਰ ਜ਼ਿਆਦਾ ਹੋਊਗੀ ਬੱਚੇ ਬੱਚਿਆਂ ਨੂੰ ਪਤਾ ਹੈ ਕਿ ਮੈਂ ਕਯੂਬੈਕ ਜਾਂ ਕਿਤੇ ਵੀ ਜਾਣਾ ਹੈ ਤੇ ਮੈਂ ਕਾਲਜ ਗਵਰਨਮੈਂਟ ਹੀ ਲੈਣਾ ਹੈ ਕਿਉਂ ਗਵਰਨਮੈਂਟ ਦੇ ਕਾਲਜ ਦੇ ਨਾਲ ਹੀ ਮੇਰਾ ਅੱਗੇ ਫਿਊਚਰ ਬ੍ਰਾਈਟ ਹੋਏਗਾ ਮੈਨੂੰ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਮੈਨੂੰ ਪੀਆਰਾਸਤੇ ਵੀ ਐਲੀਜੀਬਲ ਹੋਵਾਂਗਾ ਪ੍ਰਾਈਵੇਟ ਵਿੱਚ ਜਾ ਰਿਹਾ ਹੈ ਬੱਚਾ ਹਾਂ ਐਂਟਰੀ ਜ਼ਰੂਰ ਮਿਲ ਸਕਦੀ ਹੈ ਬੱਚੇ ਨੂੰ ਬਟ ਉਹਨੂੰ ਅੱਗੇ ਜਾ ਕੇ ਸਟਰਗਲ ਕਰਨਾ ਹੀ ਪਊਗਾ ਓਕੇ ਓਕੇ ਜੀ ਬਿਲਕੁਲ ਸੋ ਇਸ ਲਈ ਆਪਾਂ ਕਲੀਅਰ ਕੱਟ ਹਰੇਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਹੀ ਆਪਣਾ ਮਾਈਂਡ ਬਣਾਓ ਕਿ ਇੱਥੇ ਜਾ ਕੇ ਆਪਣਾ ਫਿਊਚਰ ਜੋ ਹੈ ਤੁਸੀਂ ਬ੍ਰਾਈਟ ਕਰਨਾ ਚਾਹੁੰਦੇ ਹੋ ਕੈਨੇਡਾ ਕੈਨੇਡਾ ਤੋਂ ਇਲਾਵਾ ਜੇਕਰ ਸਟੂਡੈਂਟ ਆਸਟ੍ਰੇਲੀਆ ਐਜ਼ੀ ਡੇਟ ਚ ਅਪਲਾਈ ਕਰਨ ਦੀ ਸੋਚਦੇ ਨੇ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਹਰਿਆਣਾ ਦੇ ਸਟੂਡੈਂਟਸ ਨੂੰ ਲੈ ਕੇ ਪਹਿਲਾਂ ਕਾਫੀ ਸਟ੍ਰਿਕਨੈਸ ਦੀ ਗੱਲ ਸੀ ਇਸ ਕਰਕੇ ਹਰਿਆਣਾ ਦੇ ਸਟੂਡੈਂਟਸ ਦੇ ਮਨ ਵਿੱਚ ਸਵਾਲ ਆ ਗਿਆ ਸੀ ਕਿ ਕੀ ਅਸੀਂ ਅਪਲਾਈ ਕਰੀਏ ਕਿ ਨਾ ਕਰੀਏ ਤਾਂ ਰਿਜ਼ਲਟਸ ਕੀ ਕਹਿ ਰਹੇ ਨੇ ਹੁਣ ਜੋ ਆਸਟ੍ਰੇਲੀਆ ਦੇ ਆ ਰਹੇ ਨੇ ਆਸਟ੍ਰੇਲੀਆ ਰਿਜ਼ਲਟ ਟਾਈਮ ਜ਼ਰੂਰ ਲੈ ਰਿਹਾ ਹੈ ਪਰ ਹਾਈ ਕਮਿਸ਼ਨ ਦੀ ਗੱਲ ਕਰੀਏ ਇਹ ਨਹੀਂ ਹੈ ਕਿ ਤੁਸੀਂ ਅੱਜ ਫਾਈਲ ਲਗਾਓਗੇ ਹਫਤੇ ਦੋ ਹਫਤੇ ਜਾਂ ਮਹੀਨੇ ਵਿੱਚ ਰਿਜ਼ਲਟ ਆ ਜਾਊਗਾ ਟਾਈਮ ਜ਼ਰੂਰ ਲੈ ਰਿਹਾ ਹੈ ਬਟ ਰਿਜ਼ਲਟ ਪੋਜ਼ਿਟਿਵ ਹੀ ਹੈ 네ਗੇਟਿਵ ਰਿਜ਼ਲਟ ਨਹੀਂ ਹੈ ਆਸਟ੍ਰੇਲੀਆ ਦਾ ਤੁਸੀਂ ਬੱਚਾ ਜਿਹੜਾ ਉਹਨਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰ ਰਿਹਾ ਹੈ ਉਹਨਾਂ ਦੀ ਜੀਟੀ ਦੀ ਰਿਕੁਆਇਰਮੈਂਟ ਮੀਟ ਕਰ ਰਿਹਾ ਹੈ ਤੇ ਬੱਚੇ ਦਾ ਰਿਜ਼ਲਟ ਪੋਜ਼ਿਟਿਵ ਹੀ ਹੋਊਗਾ ਠੀਕ ਹੈ ਨਾ ਇਹ ਕੋਈ ਹੋ ਨਹੀਂ ਹੈ ਕਿ ਹਰਿਆਣਾ ਵਾਲਾ ਬੱਚਾ ਹੈ ਉਹ ਐਲੀਜੀਬਲ ਨਹੀਂ ਹੈ ਪੰਜਾਬ ਵਾਲਾ ਬੱਚਾ ਹੈ ਐਲੀਜੀਬਲ ਨਹੀਂ ਹੈ ਇਹ ਕੋਈ ਅਜਿ ਕੁਝ ਸਪੈਸੀਫਿਕ ਯੂਨੀਵਰਸਿਟੀਆਂ ਹੈਗੀਆਂ ਰੀਜ਼ਨ ਕੀ ਆ ਉਹਦੇ ਵਿੱਚ ਵੀ ਕਸੂਰ ਆਪਣਾ ਹੀ ਆਪਾਂ ਬੋਲਾਂਗੇ ਕਿਉਂਕਿ ਉਹਨਾਂ ਨੇ ਹਰਿਆਣਾ ਦੇ ਬੱਚਿਆਂ ਦੇ ਫੇਕ ਡਾਕੂਮੈਂਟ ਗਏ ਉੱਥੇ ਪੰਜਾਬ ਦੇ ਕਾਫੀ ਬੱਚਿਆਂ ਦੇ ਫੇਕ ਡਾਕੂਮੈਂਟ ਗਏ ਤੇ ਇਹ ਮੈਸੀ ਬਹੁਤ ਕਲੀਅਰ ਘਟ ਹੈ ਉਹਨੂੰ ਇਹ ਲੱਗਦਾ ਹੈ ਕਿ ਸ਼ਾਇਦ ਪੂਰਾ ਹਰਿਆਣਾ ਹੀ ਆਵੰਦਾ ਹੈ ਜਾਂ ਪੂਰਾ ਪੰਜਾਬ ਹੀ ਆਵੰਦਾ ਹੈ ਇਹ ਸਪੈਸੀਫਿਕ 4-5 ਯੂਨੀਵਰਸਿਟੀਆਂ ਨੇ ਜਿਹੜਾ ਹਰਿਆਣਾ ਤੇ ਪੰਜਾਬ ਦੇ ਬੱਚੇ ਐਕਸੈਪਟ ਨਹੀਂ ਕਰ ਰਹੇ ਬਾਕੀ ਜਿੰਨੀ ਵੀ ਯੂਨੀਵਰਸਿਟੀਆਂ ਕਿਉਂਕਿ ਆਸਟ੍ਰੇਲੀਆ ਚ ਨਾ ਨਾ ਕਰਦੇ 42 ਯੂਨੀਵਰਸਿਟੀਆਂ ਦਾ ਟੋਟਲ ਇਹ 4-5 ਟੂ ਯੂਨੀਵਰਸਿਟੀ ਬਜਟ ਨਹੀਂ ਹੈ ਉਹਦੇ ਨਾਲ ਨਾਲ ਹੀ ਯੂਨੀਵਰਸਿਟੀ ਤਾਂ ਤੁਸੀਂ ਹਾਇਰ ਪ੍ਰੋਗਰਾਮ ਚ ਚੱਲੇਗੇ ਸਟੱਡੀ ਵਾਸਤੇ ਚੱਲੇਗੇ ਵੈਟ ਪ੍ਰੋਗਰਾਮ ਵਾਸਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਕਾਲਜ ਪਏ ਨੇ ਜਿੰਨੇ ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ ਜਰੂਰੀ ਨਹੀਂ ਹੈ ਕਿ ਚਾਰ ਨੇ ਜਾਂ 10 ਨੇ ਬੰਦ ਕਰਤਾ ਤੇ ਆਪਾਂ ਬੰਦ ਹੋ ਗਏ ਬਹੁਤ ਆਪਸ਼ਨ ਹੈਗੇ ਨੇ ਤੁਹਾਡੇ ਹਰਿਆਣਾ ਪੰਜਾਬ ਵਾਸਤੇ ਤੁਸੀਂ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਜੀ ਅਪਲਾਈ ਕਰ ਸਕਦੇ ਹੋ ਜੀ 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 ਬਿਲਕੁਲ ਹੈ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਦੇਖੋ ਸਟੂਡੈਂਟ ਖੁੱਤਾ ਐਵੇਂ ਨਹੀਂ ਫੇਕ ਡਾਕੂਮੈਂਟਸ ਲਗਾਣ ਲਈ ਹੁੰਦਾ ਕੋਈ ਕੋਈ ਨਾ ਕੋਈ ਏਜੰਸੀ ਉਹਨਾਂ ਨੂੰ ਗਾਈਡ ਕਰਦੇ ਨੇ ਵੀ ਕਰਦੇ ਨੇ ਇਹਦੇ ਵਿੱਚ ਕਸੂਰ ਏਜੰਟ ਦੇ ਨਾਲ ਨਾਲ ਬੱਚਿਆਂ ਦਾ ਵੀ ਹੈ ਜੀ ਰੀਜ਼ਨ ਕੀ ਅੱਜ ਦੇ ਹਰ ਹਰ ਇੱਕ ਬੱਚੇ ਨੂੰ ਇਹ ਹੈ ਕਿ ਮੈਂ ਜਾ ਰਿਹਾ ਹਾਂ ਜੀ ਏਜੰਟ ਕੋਲ ਪਹਿਲੀ ਗੱਲ ਹੈ ਕਿ ਜੀ ਮੇਰੇ ਨਾਲ ਪੈਕੇਜ ਕਰ ਲਓ ਹਾਂ ਬਿਲਕੁਲ ਸਿੰਪਲ ਮੈਨੂੰ ਚੀਜ਼ ਸਮਝ ਨਹੀਂ ਆਉਂਦੀ ਠੀਕ ਹੈ ਨਾ ਬਾਹਰ ਤੁਸੀਂ ਜਾਣਾ ਹੈ ਬੱਚੇ ਨੇ ਤੁਹਾਡੇ ਪੜ੍ਹਨਾ ਹੈ ਠੀਕ ਹੈ ਨਾ ਤੁਹਾਡੀ ਜਗ੍ਹਾ ਕੋਈ ਦੂਸਰਾ ਬੰਦਾ ਪੈਸਾ ਤੁਹਾਡੇ ਉੱਪਰ ਕਿਉਂ ਲਗਾਏਗਾ ਬਿਲਕੁਲ ਕੋਈ ਮੈਂ ਅੱਜ ਤੱਕ ਕੋਈ ਬੰਦਾ ਇਹੋ ਜਿਹਾ ਨਹੀਂ ਵੇਖਿਆ ਜੀ ਜਿਹੜਾ ਤੁਹਾਡੇ ਉੱਪਰ ਪੈਸਾ ਖੁਦ ਲਗਾ ਲੇ ਹਮ ਜਿਹੜਾ ਵੀ ਆਪ ਦੇਖਣਾ ਪੈਕੇਜ ਕਰ ਰਿਹਾ ਇਹ ਇਹੀ ਤਾਂ ਚੀਜ਼ ਹੈ ਜਿਹੜਾ ਦੂਸਰੀ ਕੰਟਰੀਆਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਨੇ ਬੰਦ ਕੀਤਾ ਹੈ ਕਿ ਕਿ ਉਹ ਪੈਕੇਜ ਦੇ ਕਰਨ ਦੇ ਕਰਕੇ ਉਹ ਬੱਚਾ ਦੇ ਫੇਕ ਡਾਕੂਮੈਂਟ ਯੂਜ਼ ਹੁੰਦੇ ਨੇ ਯੂਨੀਵਰਸਿਟੀ 'ਚ ਗਲਤ ਡਿਟੇਲ ਜਾਂਦੀ ਹੈ ਥੈਟਸ ਵਾਈ ਯੂਨੀਵਰਸਿਟੀ ਆਪਾਂ ਨੂੰ ਬਲੈਕਲਿਸਟ ਕਰ ਦਿੰਦੀ ਹੈ ਜੀ 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 ਪੈਕੇਜ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਠੀਕ ਨਾ ਪੈਕੇਜ ਵੀ ਸਟੱਡੀ ਵੀਜ਼ਾ ਹੀ ਹੈ ਉਹਦੇ ਵਿੱਚ ਹੀ ਤੁਹਾਡੀ ਟਿਊਸ਼ਨ ਫੀਸ ਜਾਣੀ ਹੈ ਇੰਸ਼ੋਰੈਂਸ ਜਾਣੀ ਹੈ ਐਮਬੈਸੀ ਫੀ ਵੀ ਜਾਣੀ ਹੈ ਈਵਨ ਮੇਰੇ ਕੋਲ ਇੱਕ ਬੱਚਾ ਹੁਣੇ ਆਇਆ ਥੋੜੇ ਦਿਨ ਪਹਿਲਾਂ ਤੇ ਕਿਸ ਬੱਚੇ ਨਾਲ ਹੀ ਆਇਆ ਸੀ ਤੇ ਉਹਦੀ ਫਾਈਲ ਲੱਗੀ ਸੀ ਉਹ ਅਫਰ ਲੈਟਰ ਪੈਂਡਿੰਗ ਸੀ ਹਜੇ ਮੇਰੇ ਕੋਲ ਤੇ ਬੱਚਾ ਆਇਆ ਥੋੜਾ ਜਿਹਾ ਸਿਆਣਾ ਬਣ ਰਿਹਾ ਸੀ ਆਪਸ ਚ ਕੀ ਕੀਵੇਂ ਚੱਲ ਰਿਹਾ ਜੀ ਕੀ ਚੱਲ ਰਿਹਾ ਹੈ ਮੈਂ ਵੀ ਫਾਈਲ ਲਗਾਈ ਹੋਈ ਹੈ ਮੇਰਾ ਕਾਫੀ ਪ੍ਰੋਸੈਸ ਅੱਗੇ ਹੋ ਗਿਆ ਤੇ ਪਹਿਲਾਂ ਫਿਰ ਮੇਰੀ ਗੱਲ ਉਹਦੀ ਪ੍ਰੋਫਾਈਲ ਦੇ ਉੱਪਰ ਚੱਲ ਗਈ ਮੈਂ ਕਈ ਨਖਿੱਤ ਹੋਇਆ ਕਹਿੰਦਾ ਮੈਂ ਯੂਕੇ ਦੀ ਫਾਈਲ ਲਗਾਈ ਹੋਈ ਹੈ ਨੇ ਅੱਛਾ ਜੀ ਮੈਂ ਯੂਕੇ ਦੇ ਵਿੱਚ ਤੁਸੀਂ ਕਿਵੇਂ ਫਾਈਲ ਲਗਾਈ ਹੈ ਕਹਿੰਦੇ ਸਾਡਾ ਪੈਕੇਜ ਹੋਇਆ ਓਕੇ ਕਿਸੇ ਹਰਿਆਣੇ ਦੇ ਵਿੱਚ ਕੈਥਲ ਡਿਸਟ੍ਰਿਕਟ ਦੇ ਵਿੱਚ ਕੈਥਲ ਏਰੀਆ ਦੇ ਵਿੱਚੋਂ ਦਾ ਪੈਕੇਜ ਹੋਇਆ ਕਿਸੇ ਕੰਸਲਟੈਂਟ ਨੇ ਕੀਤਾ ਹੋਏਗਾ ਹੁੰਦਾ ਤੇ ਮੈਂ ਕੀ ਕੀ ਟਰਮਸ ਐਂਡ ਕੰਡੀਸ਼ਨ ਤੁਹਾਡੀ ਹੋਈਏ ਉਹਨਾਂ ਦੇ ਸਿੰਪਲ ਕੀ ਕੀ ਚੀਜ਼ ਸੀ ਜੀ ਅਸੀਂ ਅਪਲਾਈ ਕੀਤਾ ਠੀਕ ਹੈ ਨਾ ਸਾਨੂੰ ਨਹੀਂ ਪਤਾ ਕਿਹੜੀ ਯੂਨੀਵਰਸਿਟੀ 'ਚ ਅਪਲਾਈ ਹੋਇਆ ਸਾਡਾ ਠੀਕ ਹੈ ਨਾ ਹਾਂ ਸਾਡੇ ਤੋਂ ਉਹਨਾਂ ਨੇ ਪਹਿਲਾਂ 3 ਲੱਖ ਰੁਪਿਆ ਲਿੱਤਾ ਹੈ ਸਾਡੇ ਅਕਾਊਂਟ ਦੇ ਵਿੱਚ ਓਕੇ ਠੀਕ ਹੈ ਜੀ ਬਾਕੀ ਇਨਸ਼ੋਰੈਂਸ ਤੇ ਅੰਬੈਸੀ ਫੀਸ ਮੈਂ ਪੇ ਕਰਨੀ ਹੈ ਠੀਕ ਹੈ ਨਾ ਤੇ ਹਾਂ ਉਹਨਾਂ ਨੇ ਹੁਣ ਸਾਨੂੰ ਮੈਨੂੰ ਇੱਕ ਐਸਓਪੀ ਜਰੂਰ ਭੇਜੀਏ ਕਹਿੰਦੇ ਯੂਨੀਵਰਸਿਟੀ ਤੋਂ ਤੁਹਾਡਾ ਇੰਟਰਵਿਊ ਆਊਗਾ ਤੇ ਜਦੋਂ ਮੈਂ ਉਹਦੀ ਐਸਓਪੀ ਦੇਖੀ ਤੇ ਮਤਲਬ ਕਿ ਹਰ ਇੱਕ ਮੈਂ ਕਹਿੰਦਾ ਜਿਹਨੂੰ ਥੋੜੀ ਵੀ ਨੋਲੇਜ ਹੋएगी ਉਹ ਬੰਦਾ ਸਮਝੂਗਾ ਐਸਓਪੀ ਦੇ ਵਿੱਚ ਕੀ ਮੈਂਸ਼ਨ ਹੈ ਠੀਕ ਹੈ ਨਾ ਕਿ ਬੱਚੇ ਦਾ ਜੋ ਟਿਊਸ਼ਨ ਪੇਡ ਹੈ ਉਹ ਮਿਨੀਮਮ ਡਿਪੋਜ਼ਿਟ ਹੈ ਉਹ ਹੈ 3000 ਬਾਉਂਡ ਓਕੇ ਮਤਲਬ 3 ਲੱਖ ਬੱਚੇ ਤੋਂ ਲਿੱਤਾ ਹੋਇਆ 3000 ਪੁਆਇੰਟ ਪੇਡ ਹੈ ਠੀਕ ਹੈ ਨਾ ਜਿਹੜੇ ਮੈਂ ਤੇ ਉਹਦੇ ਫਾਈਨੈਂਸ਼ੀਅਲ ਸੀ ਠੀਕ ਹੈ ਨਾ ਕਿਸ HDFC ਬੈਂਕ ਦੀ ਉਹਨਾਂ ਨੇ FD ਬੱਚੇ ਨੂੰ ਦਿੱਤੀ ਹੋਈ ਸੀ ਤੇ ਮੈਂ ਬੱਚੇ ਨੂੰ ਕੀਤਾ ਕਰਨ ਹੁਣ ਵੀ ਤੁਹਾਡੇ ਆਏ ਬੈਂਕ ਹੈ ਕਹਿੰਦਾ ਜੀ ਇਹ ਮੇਰਾ ਬੈਂਕ ਨਹੀਂ ਹੈ ਅੱਛਾ ਮੈਂ ਕਿਹਾ ਤੁਹਾਡਾ ਅਕਾਊਂਟ ਇੰਦੇ ਵਿੱਚ ਓਪਨ ਹੈ ਕਹਿੰਦਾ ਜੀ ਮੇਰਾ ਕਾਉਂਟ ਓਪਨ ਵੀ ਨਹੀਂ ਹੈਗਾ ਠੀਕ ਹੈ ਦੈਨ ਹਾਊ ਇਟ ਇਜ਼ ਪੋਸੀਬਲ ਹਾਂ ਬਿਲਕੁਲ ਬਿਲਕੁਲ ਠੀਕ ਨਾ ਤੇ ਇਹੀ ਚੀਜ਼ ਹੈ ਤੁਸੀਂ ਆਪਣੇ ਪ੍ਰੋਫਾਈਲ ਨੂੰ ਤਾਂ ਆਪਣੀ ਫਿਊਚਰ ਨੂੰ ਦੂਜੇ ਬੰਦੇ ਨੂੰ ਖੋਦ ਦੇ ਰਹੇ ਹੋ ਵੀ ਇਹ ਵਾਲਾ ਖੇਲ ਹੈ ਮੇਰੇ ਨਾਲ ਬਿਲਕੁਲ ਤਾਰਫ ਚਲਾਨੀ ਹੀ ਹੈ ਬਿਲਕੁਲ ਬਿਲਕੁਲ ਮਿਨੀਮਮ ਡਿਪੋਜ਼ਿਟ ਤੁਸੀਂ ਪੇ ਕਰਤਾ ਐਸੀ ਫੀਸ ਇੰਸ਼ੋਰੈਂਸ ਫੀਸ ਤੁਸੀਂ ਭਾਈ ਕਰ ਰਹੇ ਹੋ ਤੇ ਤੁਹਾਡਾ ਪੈਕੇਜ ਰਹਿ ਕਿ ਗਿਆ ਹਮਮ ਇਹੀ ਤਾਂ ਚੀਜ਼ਾਂ ਹੁੰਦੀਆਂ ਟਿਊਸ਼ਨ ਫੀਸ ਹੁੰਦੀ ਹੈ ਇੰਸ਼ੋਰੈਂਸ ਹੁੰਦੀ ਹੈ ਅੰਬੈਸੀ ਫੀਸ ਹੁੰਦੀ ਹੈ ਉਹ ਤੁਹਾਡੇ ਤੋਂ ਹੀ ਪੇ ਕਰਵਾ ਦਿੱਤਾ ਜਾਂਦਾ ਹੈ ਜਿਹੜਾ ਤੁਹਾਡੇ ਤੋਂ ਪੇ ਨਹੀਂ ਕਰਵਾਇਆ ਜਾਂਦਾ ਉਹ ਕਾਲਜ ਯੂਨੀਵਰਸਿਟੀ ਇਹੋ ਜਿਹੇ ਹੁੰਦੇ ਨੇ ਜਿੰਦੇ ਵਿੱਚ ਪੈਸੇ ਹੀ ਵੀਜ਼ਾ ਲੱਗਣ ਤੋਂ ਬਾਅਦ ਜਾਣੇ ਹੈ ਤੇ ਦੈਟਸ ਵਾਈ ਇਹ ਕਿਸੇ ਦੇ ਵੀ ਗੱਲਾਂ ਚ ਨਾ ਆਓ ਕਿ ਤੁਹਾਡੇ ਉੱਪਰ ਕੋਈ ਪੈਸਾ ਲਗਾ ਰਿਹਾ ਹੈ ਕੋਈ ਪਰਸਨ ਕਿਸੇ ਉੱਪਰ ਪੈਸਾ ਨਹੀਂ ਲਗਾਉਂਦਾ ਪੈਕੇਜ ਤੋਂ ਵਧੀਆ ਆਪਣਾ एलिजिਬਿਲਟੀ ਕ੍ਰਾਈਟੇਰੀਆ ਪੂਰਾ ਕਰੋ ਸਟੈਪ ਬਾਈ ਸਟੈਪ ਪ੍ਰੋਸੈਸ ਕਰੋ ਤੁਹਾਡਾ ਵੀਜ਼ਾ ਸਕਸੈਸ ਰੇਟ ਇਨਕਰੀਜ਼ ਹੋਊਗਾ ਹੂੰ ਹੂੰ ਰਿਫਿਊਜ਼ਲ ਤੋਂ ਬਚੋਗੇ ਨਾ ਕਿ ਥੋੜੇ ਟਾਈਮ ਬਾਅਦ ਉਹੀ ਗੱਲ ਹੈ ਤੁਹਾਨੂੰ ਖੁਦ ਨਹੀਂ ਪਤਾ ਚੱਲੂਗਾ ਮੇਰੇ ਨਾਲ ਹੋ ਕੀ ਗਿਆ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਸੋ ਪਲੀਜ਼ ਅਵੇਅਰ ਰਹਾ ਕਰੋ ਸੋ ਇਸੇ ਮਕਸਦ ਨਾਲ ਅਸੀਂ ਹਮੇਸ਼ਾ ਸ਼ੋ ਵੀ ਲੈ ਕੇ ਆਨੇ ਆ ਕਿ ਸਟੂਡੈਂਟਸ ਹੋਣੀਆਂ ਉਹਨਾਂ ਦੇ ਪੇਰੈਂਟਸ ਹੋਣੀਆਂ ਇਹਨਾਂ ਚੀਜ਼ਾਂ ਦਾ ਡੀਪ ਉਹਨਾਂ ਨੂੰ ਸਭ ਪਤਾ ਹੋਵੇ ਤੇ ਆਪਣੇ ਕੰਸਲਟੈਂਟ ਨੂੰ ਤੁਸੀਂ ਸਵਾਲ ਵੀ ਜ਼ਰੂ ਕਿਵੇਂ ਕੀਤਾ ਜਾ ਰਿਹਾ ਹੈ ਕਿ ਸਭ ਕੁਝ ਲੀਗਲ ਹੈ ਜੈਨੂਨ ਵੇ ਦੇ ਵਿੱਚ ਚੱਲ ਰਿਹਾ ਹੈ ਬਿਲਕੁਲ ਜੀ ਜੇ ਕੋਈ ਪਰਸਨ کہہ ਰਿਹਾ ਵੀ ਲਗਾਈਏ ਫਾਈਲ ਠੀਕ ਹੈ ਨਾ ਉਹਨੂੰ ਠੀਕ ਹੈ ਜੀ ਜਿਹੜੀ ਤੁਸੀਂ ਫਾਈਲ ਲਗਾ ਰਹੀ ਹੈ ਜਿਹੜੀ ਤੁਸੀਂ ਫਾਰਮ ਫਿਲ ਕੀਤੇ ਨੇ ਮੈਨੂੰ ਫਾਰਮ ਦੀ ਕਾਪੀ ਦੇ ਦਿਓ ਜੀ ਜੀ ਨੈਚੁਰਲ ਹੈ ਤੁਹਾਡਾ ਰਾਈਟ ਹੈ ਦੇਖੋ ਤੁਸੀਂ ਕਿਸੇ ਏਜੰਟ ਨੂੰ ਹਾਇਰ ਕਰ ਰਹੇ ਹੋ ਤੋਂ ਨੂੰ ਫਾਇਲ ਇਹਦੇ ਨੂੰ ਤੁਸੀਂ ਪਹਿਲੀ ਗੱਲ ਕਿਉਂ ਹਾਇਰ ਕਰ ਰਹੇ ਹੋ ਤੁਹਾਨੂੰ ਕਾਲਜ ਐਡਮਿਸ਼ਨ ਲੈਣਾ ਨਹੀਂ ਆਉਂਦਾ ਤੁਹਾਨੂੰ ਫਾਇਲਿੰਗ ਦੀ ਨੋਲੇਜ ਨਹੀਂ ਹੈਗੀ ਥੈਟਸ ਵਾਈ ਤੁਸੀਂ ਉਹਨੂੰ ਉਹਦੀ ਫੀਸ ਦੇ ਕੇ 10000 20000 30000 ਫੀਸ ਦੇ ਕੇ ਤੁਸੀਂ ਉਹਨੇ ਹਾਇਰ ਕਰਦੇ ਹੋ ਹਾਇਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਪ੍ਰੋਪਰ ਰਾਈਟ ਹੋ ਗਿਆ ਤੁਹਾਡੀ ਸਾਰੀ ਡਿਟੇਲ ਹਾਈਡ ਕਰਨ ਦਾ ਤੁਹਾਨੂੰ ਪ੍ਰੋਪਰ ਰਾਈਟ ਹੈ ਕਿਹੜਾ ਕਾਲਜ ਤੁਸੀਂ ਅਪਲਾਈ ਕਰ ਰਹੇ ਹੋ ਜੀ ਕਿੱਥੇ ਹੈ ਕਾਲਜ ਹੈ ਇਹ ਕੋਰਸ ਦਾ ਕੀ ਬੈਨੀਫਿਟ ਮੈਨੂੰ ਹੋਊਗਾ ਇਹ ਪ੍ਰੋਪਰ ਜਾਣੋ ਐਸਓਪੀ ਦੇ ਵਿੱਚ ਕਿਹੜੀ ਕਿਹੜੀ ਡਿਟੇਲ ਫਿਲ ਹੋਈ ਹੈ ਉਹ ਜਾਣੋ ਤੁਸੀਂ ਤੇ ਤੁਹਾਡੀ ਫਾਈਲਿੰਗ ਦੇ ਵਿੱਚ ਕੀ ਕੀ ਡਿਟੇਲ ਪਾਈ ਹੈ ਉਹਨਾਂ ਨੇ ਫਾਰਮ ਕੀ ਕੀ ਫਿਲ ਕੀਤੇ ਨੇ ਉਹ ਫਾਰਮ ਦੀ ਕਾਪੀ ਵੀ ਲੈਣਾ ਨਾਲ ਆਪਣੇ ਰੱਖਿਆ ਕਰੋ ਈਵਨ ਹੋਰ ਛੱਡੋ ਤੁਹਾਡੇ ਜਿਹੜਾ ਆਈਡਿਜ਼ ਬਣੀ ਹੈ ਜਿਵੇਂ ਆਸਟ੍ਰੇਲੀਆ ਦੀ ਗੱਲ ਕਰੀ ਐਮੀ ਅਕਾਊਂਟ ਹੋ ਗਿਆ ਕੈਨੇਡਾ ਦੀ ਗੱਲ ਕਰੀ ਜੀਸੀਕੇ ਅਕਾਊਂਟ ਹੋ ਗਿਆ ਇਹ ਡਿਟੇਲ ਆਪਾਂ ਨਾ ਲਿਆ ਕਰੋ ਬੱਚਿਆਂ ਨੂੰ ਕਿਉਂਕਿ ਅੱਜ ਨਹੀਂ ਉੱਥੇ ਜਾ ਕੇ ਤੁਹਾਨੂੰ ਇਹਨਾਂ ਡਿਟੇਲ ਦੀ ਜਰੂ ਬਿਲਕੁਲ ਬਿਲਕੁਲ ਸਹੀ ਗਿਆ ਤੁਸੀਂ ਤੇ ਇਹਨਾਂ ਚੀਜ਼ਾਂ ਦਾ ਅਸੀਂ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਧਿਆਨ ਰੱਖਿਆ ਕਰੋ ਔਰ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਦੇ ਉੱਪਰ ਕਾਲ ਕਰ ਦਿਓ ਜੇਕਰ ਤੁਸੀਂ ਤਾਂ AVM ਗਲੋਬਲ ਇਮੀਗ੍ਰੇਸ਼ਨ ਦੀ ਟੀਮ ਤੁਹਾਡਾ رابطہ ਕਾਇਮ ਕਰੇਗੀ 쇼 ਵਿੱਚ ਅਸੀਂ ਕਾਲ ਤਾਂ ਨਹੀਂ ਰੀਸੀਵ ਕਰ ਪਾ ਰਹੇ ਕਿਉਂਕਿ ਬਹੁਤ ਹੀ ਖਾਸ ਜਾਣਕਾਰੀ ਹੈ ਜੋ ਤੁਹਾਡੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਲਈ ਅਸੀਂ ਬਿਨਾਂ ਕਿਸੇ ਇੰਟਰਪਸ਼ਨ ਦੇ ਹਰ ਚੀਜ਼ ਤੁਹਾਡੇ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਸੈਕਟਰ 34 ਚੰਡੀਗੜ੍ਹ ਵਿੱਚ AVM ਗਲੋਬਲ ਇਮੀਗ੍ਰੇਸ਼ਨਜ਼ ਆਫਿਸ ਹੈ ਦਿੱਲੀ ਵਿੱਚ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ ਜੋ ਵੀ ਐਡ ਲਗਾਤਾਰ ਸਕਰੋਲ ਦੇ ਵਿੱਚ ਵੀ ਚੱਲ ਰਹੀਆਂ ਨੇ ਤੁਹਾਨੂੰ ਜਦੋਂ ਈਜ਼ੀ ਲੱਗੇ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਹੋਵੇ ਤੁਹਾਨੂੰ ਪਤਾ ਚੱਲੇ ਤੁਸੀਂ ਕਿੱਥੇ ਲਈ ਐਲੀਜੀਬਲ ਹੋ ਉੱਥੇ ਹੀ ਅਪਲਾਈ ਕਰੋ ਅਤੇ ਆਪਣਾ ਸਟੱਡੀ ਵੀਜ਼ਾ ਲੈ ਕੇ ਆਓ ਤੁਸੀਂ ਗਾਲਾਪਾਜੀ ਯੂਕੇ ਦੀ ਔਰ ਨਿਊਜ਼ੀਲੈਂਡ ਦੀ ਵੀ ਕਰ ਲਈਏ ਕਿੰਨਾ ਕੋ ਸਟੂਡੈਂਟਸ ਦਾ ਰੁਝਾਨ ਉਧਰ ਵੀ ਨਜ਼ਰ ਆ ਰਿਹਾ ਹੁਣ ਨਿਊਜ਼ੀਲੈਂਡ ਕਾਫੀ ਟਾਈਮ ਬਾਅਦ ਹੁਣ ਓਪਨ ਹੋਇਆ ਹੈ ਓਪਨ ਹੋਣ ਨਾਲ ਇੱਕ ਬੂਮ ਆਇਆ ਬੱਚਿਆਂ ਦਾ ਹਰ ਇੱਕ ਬੱਚੇ ਨੂੰ ਪਤਾ ਹੈ ਕਿਉਂਕਿ ਨਿਊਜ਼ੀਲੈਂਡ ਬਹੁਤ ਸਿਸਟੈਮੈਟਿਕ ਹੈ ਹਾਂਜੀ ਉਹ ਦ क्राइटेरिया मीट नहीं हो रहा फिर भी अप्लाई 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 बिल्कुण, 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 ये जन अप्लाई करवा लेंगे न्यूजीलैंड ये चीज नहीं है अप्लाई नहीं हो सकता बिल्कुल बिल्कुल न्यूजीलैंड ये ਤੁਸੀਂ एलिजिबिलिटी क्राइटेरिया मीट ਕਰ ਰਹੇ ਹੋ ਤਾਂ ਹੀ ਤੁਹਾਡਾ ਅਪਲਾਈ ਹੋਊਗਾ ਤਾਂ ਹੀ ਤੁਹਾਡਾ ਆਫਰ ਲੈਟਰ ਆਊਗਾ ਓਕੇ ਆਫਰ ਲੈਟਰ ਆ ਗਿਆ ਮੀਨ ਤੋਂ ਸੇ ਤੁਸੀਂ एलिजिਬਲ ਹੋ ਠੀਕ ਹੈ ਨਾ ਜੇ ਨਿਊਜ਼ੀਲੈਂਡ ਉਹੀ ਗੱਲ ਹੈ ਨਾ ਕਾਫੀ ਟਾਈਮ ਬਾਅਦ ਓਪਨ ਹੋਣ ਕਰਕੇ ਹਰ ਇੱਕ ਬੱਚੇ ਨੂੰ ਇਹ ਹੈ ਕਿ ਮੇਰਾ ਕਿਸੇ ਹੋਰ ਕੰਟਰੀ ਵਿੱਚ ਮੈਂ एलिजिਬਲ ਨਹੀਂ ਹੈਗਾ ਤੇ ਮੈਂ ਨਿਊਜ਼ੀਲੈਂਡ ਜਾਵਾਂ ਇੱਕ ਆਪਸ਼ਨ ਹੋਰ ਵੱਧ ਗਈ ਸਟੂਡੈਂਟ ਆਪਸ਼ਨ ਇਸ ਕਰਕੇ ਵੱਧ ਗਈ ਨਾ ਕਿਉਂਕਿ ਕਾਫੀ ਬੱਚੇ ਨੇ ਜਿਨ੍ਹਾਂ ਨੇ ਕੈਨੇਡਾ ਅਪਲਾਈ ਕੀਤਾ ਹੋਇਆ ਸੀ ਰਿਫਿਊਜ਼ਲ ਆਈ ਉਹਨਾਂ ਦੀ ਟਿਊਸ਼ਨ ਫੀਸ ਰਿਫ ਐਸਟੀ ਫੰਡ ਆ ਗਿਆ ਇਹ ਡਿਫੰਡ ਮੈਂ ਕਿਉਂ ਬੋਲ ਰਿਹਾ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਜਿਹੋਨ ਨੇ ਫੰਡ ਸ਼ੋ ਕਰਨੇ ਹੋ ਜੈਨੂਨ ਚਾਹੀਦੇ ਨੇ ਹਾਂਜੀ ਹਾਂਜੀ ਐਂਡ ਟਿਊਸ਼ਨ ਫੀਸ ਜਿਹੜੀ ਤੁਹਾਡੀ ਵਾਪਸ ਆ ਰਹੀ ਹੈ ਪਲੱਸ ਜੀਆਈਸੀ ਡਿਫੰਡ ਆਇਆ ਹੈ ਇਹ ਤੁਹਾਡਾ ਜੈਨੂਨ ਫੰਡ ਹੈ ਇਹ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਫਾਇਰਾਈਜ਼ ਦਾ ਫਾਈਨੈਂਸ਼ੀਅਲ ਸ਼ੋ ਕਰ ਸਕਦੇ ਹੋ ਕਿ ਤੁਹਾਡੇ ਉੱਥੋਂ ਪੈਸੇ ਵਾਪਸ ਆਏ ਨੇ ਇਹੀ ਫੰਡ ਸ਼ੋ ਕਰਕੇ ਤੁਸੀਂ ਨਿਊਜ਼ੀਲੈਂਡ ਵੀਜ਼ ਲੈ ਸਕਦੇ ਹੋ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਦੀ ਗੱਲ ਕਰੀਏ ਆਪਾਂ ਨੂੰ 70% ਹੈ ਜਿਹੜੇ ਠੀਕ ਹੈ 70% ਦੀ ਰਿਕੁਆਇਰਮੈਂਟ ਹੈ ਉਹ ਜਿਹੜਾ ਤੁਹਾਡਾ ਉੱਥੋਂ ਪੈਸਾ ਆਉਂਦਾ ਹੈ ਵਾਪਸ ਆਉਂਦਾ ਹੈ ਤਾਂ ਤੁਹਾਡਾ ਜਿਹੜਾ एलिਜੀਬਿਲਿਟੀ ਕਰੈਟੇਰੀਆ ਮੀਟ ਕਰ ਲੈਂਦਾ ਥੈਟਸ ਵਾਈ ਜਿਹੜਾ ਬੱਚੇ ਰਿਫਿਊਜ਼ ਹੋਏ ਨੇ ਜਾਂ ਫਿਰ ਨਵੇਂ ਬੱਚੇ ਨੇ ਨਿਊਜ਼ੀਲੈਂਡ ਇਸ ਟਾਈਮ ਔਰ ਜ਼ਿਆਦਾ ਪ੍ਰੈਫਰੈਂਸ ਦੇ ਰਹੇ ਨੇ ਕਿਉਂਕਿ ਨਿਊਜ਼ੀਲੈਂਡ ਪਿੱਛੇ ਜਿਵੇਂ ਲਾਕਡਾਊਨ ਦੀ ਆਪਾਂ ਗੱਲ ਕਰਦੇ ਸੀ ਕਾਫੀ ਬੱਚੇ ਜਿਨ੍ਹਾਂ ਨੂੰ ਪੀਆਰ ਦਿੱਤੀ ਫੋਨ ਵੀ ਦੋ ਚਾਰ ਬੱਚੇ ਜਿਹੜੇ ਮੈਂ ਭੇਜੇ ਹੋਏ ਸੀ ਪਹਿਲਾਂ ਉਹਨਾਂ ਦੇ ਮੈਨੂੰ ਕਾਲ ਆਇਆ ਕਿ ਸਰ ਸਾਡੀ ਪੀਆਰ ਹੋ ਗਈ ਹੈ ਉੱਥੇ ਉਹ ਬਹੁਤ ਸਿਸਟੈਮੈਟਿਕ ਚੀਜ਼ ਹੈ ਉ ਤੋਂ ਤੁਹਾਨੂੰ ਉੱਥੇ 1% ਵੀ ਦਿੱਕਤ ਨਹੀਂ ਆਉਗੀ ਕਿਉਂਕਿ ਕਰਾਈਮ ਫਰੀ ਕੰਟਰੀ ਹੈ ਉਹ ਬਿਲਕੁਲ 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 ਸਹੀ ਕਿਹਾ ਤੁਸੀਂ ਸੋ ਮੈਂ ਪਰ ਇੱਕ ਵੀ ਦੇਖੋ ਗੱਲ ਬੜੀ ਇੰਟਰਸਟਿੰਗ ਹੋ ਜਾਂਦੀ ਹੈ ਜਾਣਨ ਵਾਲੀ ਹੋ ਜਾਂਦੀ ਹੈ ਕਿ ਸਟੂਡੈਂਟਸ ਲਈ ਮਨ ਵਿੱਚ ਕੈਨੇਡਾ ਨੂੰ ਲੈ ਕੇ ਇਹਨਾਂ ਨੂੰ ਜਾਣ ਕਿਉਂ ਰਹਿੰਦਾ ਤੇ ਬਾਕੀ ਕੰਟਰੀਸ ਨੂੰ ਅਦਰ ਕੰਟਰੀਜ਼ ਹੀ ਅਦਰ ਆਪਸ਼ਨ ਦੀ ਤਰ੍ਹਾਂ ਕਿਉਂ ਦੇਖਿਆ ਜਾਂਦਾ ਪਹਿਲੀ ਚੀਜ਼ ਹੈ ਕੈਨੇਡਾ ਬੱਚਾ ਰੁਝਾਨ ਨਹੀਂ ਹੁੰਦਾ ਇਹ ਨਾ ਆਪਣੇ ਪੰਜਾਬੀਆਂ ਲਈ ਮੇਨਲੀ ਇਹ ਚੀਜ਼ ਹੋ ਚੁੱਕੀ ਹੈ ਕਿ ਜਾਂ ਤਾਂ ਪੰਜਾਬੀ ਪੰਜਾਬ ਚ ਮਿਲਣਗੇ ਜਾਂ ਕੈਨੇਡਾ ਮਿਲਣਗੇ ਜਿਹੜਾ ਬੱਚੇ ਨੇ ਪਲੱਸ ਟੂ ਕੀਤੀ ਹੈ ਉਹ ਨਾ ਉਹ ਕੈਨੇਡਾ ਗਿਆ ਨਾ ਉਹ ਆਸਟ੍ਰੇਲੀਆ ਗਿਆ ਨਾ ਉਹ ਨਿਊਜ਼ੀਲੈਂਡ ਗਿਆ ਉਹਨਾਂ ਦੇ ਵਾਸਤੇ ਸਾਰੀ ਕੰਟਰੀਆਂ ਹੀ ਸੇਮ ਹੈ ਉਹਨਾਂ ਦੇ ਵਾਸਤੇ ਸਾਰੀ ਕੰਟਰੀਆਂ ਸਵਰਗ ਹੈ ਸਵਰਗ ਮੈਂ ਐਸਲੀ ਯੂਜ਼ ਕਰ ਰਹੇ ਹਾਂ ਕਿਉਂਕਿ ਔਲਰੇਡੀ ਡਿਵੈਲਪਡ ਕੰਟਰੀਆਂ ਸਿਸਟਮੈਟਿਕਲ ਕੰਟਰੀਆਂ ਤੇ ਆਪਣਾ ਜਿਹੜਾ ਬੱਚਾ ਆਪਣਾ ਇੱਥੋਂ ਜਾਊਗਾ ਉਹਨਾਂ ਦੇ ਵਾਸਤੇ ਉਹ ਸਵਰਗ ਹੀ ਹੁੰਦਾ ਤੇ ਉਹ ਕੰਟਰੀਆਂ ਔਲਰੇਡੀ ਹੀ ਇੱਕੋ ਵਰਗੀਆਂ ਕੰਟਰੀਆਂ ਹੈ ਤੇ ਆਪਣੇ ਮਾਈਂਡ ਚ ਇੱਥੇ ਪਾ ਏ ਵੀ ਕੈਨੇਡਾ ਉਹ ਵੀ ਕੈਨੇਡਾ ਕੈਨੇਡਾ ਜਾਓਗੇ ਤਾਂ ਹੀ ਫਿਊਚਰ ਬ੍ਰਾਈਟ ਹੋਗਾ ਇਹ ਚੀਜ਼ ਇਹ ਨਹੀਂ ਹੈਗਾ ਤੁਸੀਂ ਆਪਣੇ ਪ੍ਰੋਫਾਈਲ ਅਕੋਰਡਿੰਗ ਚੂਜ਼ ਕਰੋ ਤੁਹਾਡਾ ਪ੍ਰੋਫਾਈਲ ਕਿੱਥੋਂ ਆਸਤੇ ਐਲੀਜੀਬਲ ਹੈ ਉਹਦੇ ਅਕੋਰਡਿੰਗ ਅਪਲਾਈ ਕਰੋ ਕਾਫੀ ਬੱਚੇ ਨੇ ਜਿਹੜੇ ਹੁਣ ਆਪ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਕੈਨੇਡਾ ਤੋਂ ਜ਼ਿਆਦਾ ਬ੍ਰਾਈਟ ਹੈ ਹੂੰ ਸਿਸਟਮ ਦੇ ਅਕੋਰਡਿੰਗ ਲਗਾ ਲਓ ਫਾਈਨੈਂਸ਼ੀਅਲ ਦੇ ਅਕੋਰਡਿੰਗ ਲਾ ਲਓ ਡਿਵੈਲਪਮੈਂਟ ਦੇ ਅਕੋਰਡਿੰਗ ਲਗਾ ਲਓ ਕਿਉਂਕਿ ਕੈਨੇਡਾ ਵੀ ਇਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕੁਝ ਕੁਛ ਏਰੀਆ ਹੀ ਨੇ ਜਿੰਨਾ ਵਿੱਚ ਜ਼ਿਆਦਾ ਬੱਚਿਆਂ ਦਾ ਰੁਝਾਨ ਹੈ ਵੇਜ ਰੇਟ ਵੀ ਆਸਟ੍ਰੇਲੀਆ ਜ਼ਿਆਦਾ ਹੈ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਕੈਨੇਡਾ ਤੋਂ ਆਸਟ੍ਰੇਲੀਆ ਜ਼ਿਆਦਾ ਅੱਛਾ ਹੈ ਹੂੰ ਹੂੰ ਪਰ ਉਹੀ ਗੱਲ ਹੈ ਨਾ ਮਾਈਂਡ ਦੇ ਵਿੱਚ ਭਰਿਆ ਹੋਇਆ ਹੈ ਕਿ ਜਾਣ ਕੈਨੇਡਾ ਦੇ ਕੈਨੇਡਾ ਪਰ ਮਾਈਂਡ ਵਿੱਚ ਖਰਾਬ ਕਰ ਕਰਕੇ ਫਿਰ ਆਪਾਂ ਆਸਟ੍ਰੇਲੀਆ ਚੂਜ਼ ਕਰਾਂਗੇ ਪਹਿਲਾਂ ਕਿਉਂ ਨਹੀਂ ਆਸਟ੍ਰੇਲੀਆ ਚੂਜ਼ ਕਰ ਸਕਦੇ ਸੀ ਮੈਂ ਗੱਲ ਕਰਨ ਹੋ ਜਾਂਦੀ ਹੈ ਦੇਖੋ ਚਲੋ ਅਬ ਇਹੀ ਚੀਜ਼ ਕਰ ਲਈ ਕੈਨੇਡਾ ਵਿੱਚ ਪੀਆਰ ਮਿਲ ਗਈ 4 ਸਾਲ ਜਾਂ 5 ਸਾਲ ਬਾਅਦ ਮਿਲ ਗਈ ਆਸਟ੍ਰੇਲੀਆ ਮੇ ਪੀਆਰ ਮਿਲ ਗਈ 7 ਸਾਲ ਬਾਅਦ ਡਿਫਰੈਂਸ ਕੀ ਹੈ ਹੂੰ ਹੂੰ ਚਾਹੇ ਪੀਆਰ ਤੁਹਾਨੂੰ 2 ਸਾਲ ਬਾਅਦ ਮਿਲੀ ਹੈ ਰਹਿ ਤਾਂ ਤੁਸੀਂ ਉੱਥੇ ਹੀ ਰਹੇ ਹੋ ਨਾ ਜੀ 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 ਕਿਹੜਾ ਤੁਹਾਨੂੰ ਜੇ 2 ਸਾਲ ਬਾਅਦ ਪੀਆਰ ਮਿਲ ਗਈ ਤੇ 2 ਸਾਲ ਪਹਿਲਾਂ ਤੁਹਾਨੂੰ ਉੱਥੋਂ ਕੱਢ ਦੇਣਗੇ ਹਾਂਜੀ ਬਿਲਕੁਲ ਸਿਸਟਮ ਤੁਹਾਨੂੰ ਕਹਿੰਦਾ ਵੀ ਫੋਲੋ ਕਰਨਾ ਪੈਣਾ ਤੁਹਾਨੂੰ ਆਸਟ੍ਰੇਲੀਆ ਵੀ ਫੋਲੋ ਕਰਨਾ ਪੈਣਾ ਜੇ ਉੱਥੇ ਇਨ ਦਾ ਬੈਨੀਫਿਟ ਦਾ ਤੁਹਾਨੂੰ ਹੀ ਹੈ ਨਾ ਜੇ ਪੀਆਰ ਲੇਟ ਜਾਏਗੀ ਉਨਾ ਹੀ ਜੀ ਜੀ ਤੁਹਾਡੇ ਵਾਸਤੇ অপਸ਼ਨ ਜ਼ਿਆਦੇ ਨੇ ਉੱਥੇ ਹਮ ਠੀਕ ਹੈ ਨਾ ਹੁਣ ਜਿੰਨਾ ਜ਼ਿਆਦਾ ਸਿਸਟਮੈਟਿਕ ਹੋਏਗਾ ਉਹਦਾ ਬੇਨਫਿਟ ਤੁਹਾਨੂੰ ਹੀ ਮਿਲਣਾ ਹੈ ਹਮ ਹੋਰ ਕਿਸੇ ਨੂੰ ਨਹੀਂ ਮਿਲਣਾ ਜੀ ਉਹ ਆਪ ਨੂੰ ਸਟਾਰਟਿੰਗ ਲੱਗਦਾ ਨਾ ਕਿਉਂਕਿ ਆਪੋ ਉਸ ਸਿਸਟਮ ਦੇ ਵਿੱਚ ਰਹੇ ਹੀ ਨਹੀਂ ਠੀਕ ਹੈ ਨਾ ਜਦੋਂ ਤੁਸੀਂ ਉਸ ਸਿਸਟਮ 'ਚ ਰਹੋਗੇ ਤੁਹਾਨੂੰ ਖੁਦ ਉੱਥੇ ਜਾ ਕੇ ਬੈਠ ਫੀਲ ਹੋਊਗਾ ਯਾਰ ਮੈਂ ਕੈਨੇਡਾ ਤੋਂ ਆਸਟ੍ਰੇਲੀਆ ਚੂਜ਼ ਕਰਕੇ ਜ਼ਿਆਦਾ ਅੱਛਾ ਕੀਤਾ ਹੂੰ ਜੀ ਤੁਸੀਂ ਟ੍ਰਾਈ ਤਾਂ ਕਰੋ ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਤਾਂ ਬਾਕੀ ਇੱਕ ਜ਼ਿਕਰ ਜਿਨ੍ਹਾਂ ਦਾ ਗੈਪ ਹੈ ਉਹਨਾਂ ਦੇ ਪ੍ਰੋਫਾਈਲ ਵੀ ਜ਼ਰੂਰ ਮੈਂ ਡਿਸਕਸ ਕਰਨਾ ਚਾਹੂੰਗੀ ਕਿ ਕਿੰਨੇ ਕੁ ਗੈਪ ਵਾਲਾ ਸਟੂਡੈਂਟ ਜੋ ਹੈ ਅਪਲਾਈ ਕਰ ਸਕਦਾ ਹੈ ਕਿਸ ਕੰਟਰੀ ਵਿੱਚ ਜ਼ਿਆਦਾ ਗੈਪ ਵਾਲੇ ਸਟੂਡੈਂਟਸ ਨੂੰ ਐਡਮਿਸ਼ਨਸ ਮਿਲ ਸਕਦੀ ਹੈ ਪਹਿਲਾਂ ਤਾਂ ਗੈਪ ਦੀ ਡੈਫੀਨੇਸ਼ਨ ਹੀ ਅਲੱਗ ਹੈ ਠੀਕ ਹੈ ਨਾ ਗੈਪ ਅਲੱਗ-ਅਲੱਗ ਬੱਚੇ ਦਾ ਅਲੱਗ-ਅਲੱਗ ਕ੍ਰਾਈਟੇਰੀਆ ਜਸ ਲਾਈਕ ਆਪਾਂ ਗੱਲ ਕਰੀਏ ਗੈਪ ਦੀ ਕੁਝ ਬੱਚੇ ਆਏ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਦੇ ਕੋਲ ਵਰਕ ਐਕਸਪੀਰੀਅੰਸ ਹੈ ਕੁਝ ਬੰਦੇ ਤੁਹਾਨੂੰ ਗੈਪ ਕਹਿ ਦਿੰਦੇ ਨੇ ਹਾਂਜੀ ਬਿਲਕੁਲ ਉਹ ਗੈਪ ਦੇ ਵਿੱਚ ਨਹੀਂ ਹੈ ਗੈਪ ਸਿਰਫ ਉਹਨੂੰ ਕਨਸੀਡਰ ਆਪ ਕਰਦੇ ਆ ਕਿ ਬੱਚੇ ਨੇ ਸਟੱਡੀ ਕੰਪਲੀਟ ਕਰ ਲਈ ਜਾਂ ਕੁਝ ਕੰਮ ਕੀਤਾ ਉਸ ਤੋਂ ਬਾਅਦ ਉਹਨੇ ਕੁਝ ਨਹੀਂ ਕੀਤਾ ਉਹ ਬਿਲਕੁਲ ਕਰ ਹੀ ਰਿਹਾ ਹੈ ਉਹ ਗੈਪ ਹੈ ਗੈਪ 1 ਤੋਂ 2 ਸਾਲ ਦਾ ਹੀ ਚੱਲਦਾ ਉਸ ਤੋਂ ਬਾਅਦ ਗੈਪ ਆਪ ਅਕਸੈਪਟ ਨਹੀਂ ਹੁੰਦਾ ਉਸ ਤੋਂ ਬਾਅਦ ਗੈਪ ਨਾਲ ਅਪਲਾਈ ਕਰੋਗੇ ਤੁਹਾਡਾ ਰਿਫਿਊਜ਼ਲ ਹੀ ਆਣਾ ਕਿਉਂਕਿ ਜਿਹੜਾ ਬੱਚਾ ਸੀਰੀਅਸ ਹੈ ਆਪਣੇ ਫਿਊਚਰ ਨੂੰ ਲੈ ਕੇ ਉਹ ਕਦੇ ਵੀ ਆਪਣੇ ਪ੍ਰੋਫਾਈਲ ਦੇ ਵਿੱਚ ਗੈਪ ਨਹੀਂ ਦਿੰਦਾ ਮੈਂ ਵਿਹਲਾ ਬਹਿ ਗਿਆ ਮੇਰਾ ਫਿਊਚਰ ਬ੍ਰਾਈਟ ਨਹੀਂ ਹੋਊਗਾ ਬਿਲਕੁਲ ਬਿਲਕੁਲ ਤੇ ਉਹ ਕੰਟਰੀ ਵੀ ਨੂੰ ਪਤਾ ਹੈ ਕਿ ਜਿਹੜਾ ਬੱਚਾ ਸੀਰੀਅਸ ਨਹੀਂ ਹੈਗਾ ਅਸੀਂ ਉਹਨੂੰ ਲੈ ਨਹੀਂ ਸਕਦੇ ਥੈਟਸ ਵਾਈ ਜੇ 2 ਸਾਲ ਤੋਂ ਬਾਅਦ ਗੈਪ ਹੈ ਤੁਸੀਂ ਕਿਸੇ ਕੰਟਰੀ ਚ ਅਪਲਾਈ ਨਾ ਕਰੋ ਆਪਣੇ ਪ੍ਰੋਫਾਈਲ ਪਹਿਲਾਂ ਉਹਨੂੰ ਜਿਹੜਾ ਤੁਹਾਡਾ ਪ੍ਰੋਫਾਈਲ ਹੈ ਉਹਨੂੰ ਕਵਰ ਕਰੋ ਠੀਕ ਹੈ ਨਾ ਕਿਸੇ ਛੋਟੀ ਕੰਟਰੀ ਜਾ ਕੇ ਠੀਕ ਹੈ ਨਾ ਉੱਥੇ 10 ਸਾਲ 2 ਸਾਲ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਕੇ ਉੱਥੋਂ ਅਪਲਾਈ ਕਰੋ ਨਾ ਕਿ ਤੁਹਾਡੇ ਡੋਮੈਸਟਿਕ ਕੰਟਰੀ ਤੋਂ ਜੀ 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 ਬਿਲਕੁਲ ਸੋ ਜਿਵੇਂ ਆਪਾਂ ਪਹਿਲਾਂ ਗੱਲ ਰਿਫਿਊਜ਼ਲ ਕੇਸਿਸ ਦੀ ਵੀ ਕਰ ਰਹੇ ਸੀ ਵੀ ਕੰਮ ਕੀਤਾ ਜਾਂਦਾ ਹੈ ਔਰ ਕਿਉਂ ਨਾ ਦਾ ਪ੍ਰੋਫਾਈਲ ਨੂੰ ਵੀ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰਕੇ ਉਹਦੇ ਉੱਪਰ ਵੀਜ਼ੇ ਲਿਆਏ ਜਾਂਦੇ ਆ ਤੁਹਾਡੀ ਕੰਪਨੀ ਵੱਲੋਂ ਬਲੀ ਚੀਜ਼ ਤਾਂ ਪਰ ਰਿਫਿਊਜ਼ਲ ਦੀ ਗੱਲ ਕਰਦੀ ਏ ਠੀਕ ਹੈ ਨਾ ਇਹ ਮੈਟਰ ਹੁੰਦਾ ਹੈ ਕਿ ਰਿਫਿਊਜ਼ਲ ਕਿਸ ਰੀਜ਼ਨ ਕਰਕੇ ਆਈ ਏ ਹੂੰ ਠੀਕ ਹੈ ਨਾ ਕਿਸ ਇੰਟਰਵਿਊ ਕਰਕੇ ਆਈ ਏ ਫੇਕ ਡਾਕੂਮੈਂਟ ਕਰਕੇ ਆਈ ਏ ਤੁਹਾਡਾ ਕੁਝ ਨਹੀਂ ਹੋ ਸਕਦਾ ਜੀ ਤੁਹਾਨੂੰ ਅਪਲਾਈ ਕਰਕੇ ਉਸ ਕੰਟਰੀ 'ਚ ਬੈਨੀਫਿਟ ਨਹੀਂ ਏ ਓਕੇ ਤੁਸੀਂ ਕਦੀ ਉਸ ਕੰਟਰੀ 'ਚ ਅਪਲਾਈ ਨਾ ਕਰੋ ਹਾਂ ਸਿੰਪਲ ਆਇਆ ਕਿ ਉਹ ਨਹੀਂ ਸੈਟੀਸਫਾਈਡ ਕਿ ਤੁਸੀਂ ਵਾਪਸ ਆਓਗੇ ਠੀਕ ਹੈ ਨਾ ਉਹਦੇ ਬਾਅਦ ਅਸੀਂ ਪ੍ਰੋ ਜੀ ਬੋਲੋ ਕਿ ਕੁਝ ਚੀਜ਼ਾਂ ਕਰਕੇ ਤੁਹਾਡੀ ਰਿਫਿਊਜ਼ਲ ਆ ਗਈ ਹੈ ਕੁਝ ਡਿਟੇਲ ਆਪਾਂ ਕਰੈਕਟ ਨਹੀਂ ਪਾਈ ਜਾਂ ਫਿਰ ਆਪਾਂ ਕੋਰਸ ਚੂਜ਼ ਨਹੀਂ ਕੀਤਾ ਤੇ ਉਹਨੂੰ ਆਪਾਂ ਚੇਂਜ ਕਰ ਸਕਦੇ ਆ ਠੀਕ ਹੈ ਨਾ ਹਾਂ ਜੇ ਕੁਝ ਮਿਸਲੀਡਿੰਗ ਇਨਫੋਰਮੇਸ਼ਨ ਹੋ ਗਈ ਜਾਂ ਫੇਕ ਡਾਕੂਮੈਂਟੇਸ਼ਨ ਕਰਕੇ ਆਪਾਂ ਗੱਲ ਕਰ ਲਈਏ ਜਾਂ ਫਿਰ ਇੰਟਰਵਿਊ ਕਰ ਕਰ ਲਈਏ ਜੀ ਇਹੋ ਜੀ ਰਿਫਿਊਜ਼ਲ ਹੈ ਤੇ ਫਿਰ ਸੌਰੀ ਫਿਰ ਤੁਸੀਂ ਦੁਬਾਰਤੋਂ ਉਸ ਕੰਟਰੀ ਵਿੱਚ ਆਪਣਾ ਅਪਲਾਈ ਨਹੀਂ ਕਰ ਸਕਦੇ ਜੀ ਬਿਲਕੁਲ ਬਹੁਤ ਚੰਗਾ ਪੁਆਇੰਟ ਤੁਸੀਂ ਜੋ ਹੈ ਜ਼ਰੂਰ ਦੱਸਿਆ ਕਿ ਜਿਹੜੇ ਵੀ ਸਟੂਡੈਂਟਸ ਫੇਕ ਡਾਕੂਮੈਂਟਸ ਲਗਾ ਲੈਂਦੇ ਨੇ ਜ਼ਰੂਰ ਸੋਚ ਲੈਣ ਕਿ ਅਗਰ ਫੇਕ ਡ ਦिए ਤਾਂ ਤੁਸੀਂ ਦੁਬਾਰਾ ਉਸ ਕੰਟਰੀ ਚ ਅਪਲਾਈ ਨਹੀਂ ਕਰ ਸਕੋਗੇ ਕੋਈ ਨਾਰਮਲ ਵੈਸੇ ਕਿਸੇ ਹੋਰ ਰੀਜ਼ਨ ਕਰਕੇ ਰਿਫਿਊਜ਼ਲ ਆਂਦੀ ਹੈ ਤਾਂ ਅਸੀਂ ਕਈ ਸਟੂਡੈਂਟਸ ਦੇਖੇ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਰਿਫਿਊਜ਼ਲ ਤੋਂ ਬਾਅਦ ਵੀ ਉਹਨਾਂ ਦੇ ਸਕਸੈਸਫੁਲੀ ਵੀਜ਼ਾ ਆ ਜਾਂਦਾ ਹੈ ਖਾਸ ਕਰਕੇ ਆਪਾਂ ਕੈਨੇਡਾ ਦੀ ਜੇਕਰ ਗੱਲ ਕਰਦੇ ਹਾਂ ਸੋ ਇਸੇ ਲਈ ਅਵੇਅਰ ਰਹਾ ਕਰੋ ਫੇਕ ਡਾਕੂਮੈਂਟਸ ਵੱਲ ਨਾ ਵਧਿਆ ਕਰੋ ਜੈਨੂਇਨ ਵੇਦੇ ਨਾਲ ਅਪਲਾਈ ਕਰੋ ਇੱਕ ਚੰਗਾ ਕੰਸਲਟੈਂਟ ਜ਼ਰੂਰ ਚੁਣੋ ਇੱਕ ਚੰਗਾ ਕੰਸਲਟੈਂਟ ਹੀ ਤੁਹਾਡੀ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰਕੇ ਉਸ ਉੱਪਰ ਜੋ ਹੈ ਸਕਸੈਸਫੁਲੀ ਵੀਜ਼ਾ ਲੈ ਕੀਤੀਆਂ ਤੁਸੀਂ ਨਾ ਸਭ ਦਾ ਧਿਆਨ ਨਾਲ ਜ਼ਰੂਰ ਧਿਆਨ ਰੱਖੋਗੇ ਤਾਂ ਕਿ ਅਗੋਂ ਕਿਸੇ ਵੀ ਕੰਸਲਟੈਂਟ ਕੋਲ ਤੁਸੀਂ ਜਾਣਾ ਹੈ ਉਹ ਸਵਾਲ ਕਰ ਸਕੋ ਆਪਣੀ ਪ੍ਰੋਫਾਈਲ ਦੇ ਬਾਰੇ ਪੁੱਛ ਸਕੋ ਕਿ ਕਿਹੜੀਆਂ ਚੀਜ਼ਾਂ ਰੈਲੇਵੈਂਟ ਨੇ ਕਿਹੜੀਆਂ ਇਰੈਲੇਵੈਂਟ ਨੇ ਤੇ ਉਹਨਾਂ ਚੀਜ਼ਾਂ ਵੱਲ ਅੱਗੇ ਨਾ ਵਧੋ ਸੋ ਲਗਾਤਾਰ ਜੋ ਨੰਬਰ ਡਿਸਪਲੇਅਰਜ਼ ਉੱਪਰ ਕਾਲ ਕਰਕੇ ਹੋ ਜਾਣਕਾਰੀ ਵੀ ਤੁਸੀਂ ਜ਼ਰੂਰ ਲੈ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਸ਼ੋ ਵਿੱਚ ਆ ਕੇ ਇਹ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ